ਸੁਨੇਹਾ ਆਇਆ ਭਾਰਤੀ ਪ੍ਰਧਾਨ ਮੰਤਰੀ ਮੋਦੀ ਦਾ, ਕਹਿੰਦੇ ਕਿ ਜਿੰਨੇ ਭਾਰਤ ਦੇ ਨਾਗਰਿਕ ਆ ਉਹ ਸਾਰੇ ਆਪਣੇ ਕੋਠਿਆਂ ਦੇ ਉੱਤੇ ਤਿਰੰਗਾ ਲਾਓ, ਆਪਾਂ ਇਸ ਵਾਰ ਜਿਹੜਾ ਆਜ਼ਾਦੀ ਦਾ ਜਸ਼ਨ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਉਣਾ। 80,000 ਜਨਾਨੀ ਨਾਲ ਰੇਪ ਹੋ ਜੇ, 15 ਤੋਂ 20 ਲੱਖ ਬੰਦਾ ਮਾਰ ਦਿੱਤਾ ਗਿਆ ਹੋਵੇ, ਜ਼ਮੀਨਾਂ ਖਤਮ ਹੋ ਗਈਆਂ, ਘਰ ਲੁੱਟੇ ਗਏ ਹੋਣ, ਲਾਸ਼ਾਂ ਦੇ ਉੱਪਰੋਂ ਗੱਡੇ ਲੰਘੇ ਹੋਣ, ਉਹਨੂੰ ਕਹੋ ਤੁਸੀਂ ਕਿ ਸਾਨੂੰ 47 ਦੀ ਖੁਸ਼ੀ ਮਨਾ। ਸਿੱਖਾਂ ਦੇ ਨਾਲ ਜੇ ਸਾਨੂੰ 47 ਆਈ ਤੇ ਉਸ ਤੋਂ ਬਾਅਦ ਸਾਨੂੰ 84 ਉਦੋਂ ਮਾੜੀ ਆਈ, ਜਿਹੜੀ ਕੌਮ ਦੇ ਉੱਤੇ ਉਹਨਾਂ ਦੀਆਂ ਲੇਡੀਜ਼ ਦੇ ਉੱਤੇ ਪ੍ਰਾਈਵੇਟ ਪਾਰਟਸ ਦੇ ਵਿੱਚ ਤਿਰੰਗੇ ਝੰਡੇ ਲਾਏ ਗਏ ਹੋਣ, ਉਹਨਾਂ ਦੀ ਹੋਂਦ ਨੂੰ ਦੱਸਿਆ ਗਿਆ ਹੋਵੇ, ਫਿਰ ਕਹੋ ਤੁਸੀਂ ਤਿਰੰਗੇ ਲਾਓ ਜਾਂ ਉਹਨਾਂ ਨੂੰ ਨਫ਼ਰਤ ਹੋ ਚੁੱਕੀ। ਸੋ ਤੁਸੀਂ ਕਿਤੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਪੜ੍ਹਿਆ ਜੇ, ਜਾਂ ਜਦੋਂ ਜੇਠ ਮਲਾਣੀ 25 ਐਡਵੋਕੇਟ ਲੈ ਕੇ ਗਏ ਨੇ 1 ਜਾਂ 2 ਨਵੰਬਰ ਨੂੰ 84 ਦੇ ਵਿੱਚ, ਉਹਨਾਂ ਦੀਆਂ ਬੁੱਕ ਦੇਖਿਆ ਜੇ ਕੀ ਹਾਲਾਤ ਸੀ ਦਿੱਲੀ ਦੇ ਅੰਦਰ। ਆਰਮੀ ਦੇ ਜਿਹੜੇ ਅਫੀਸਰ ਸੀ ਜਿਹੜੇ ਟ੍ਰੇਨ 'ਚੋਂ ਉਤਰੇ ਨੇ, ਉਹਨਾਂ ਦੀਆਂ ਅੱਖਾਂ 'ਚੋਂ ਸਰਗੀ ਆਰ ਪਾਰ ਕੀਤੇ ਗਏ। ਅਜੇ ਪਿੱਛੇ ਜੇ ਇੱਕ ਸੈਂਟਰ ਦੇ ਮਿਨਿਸਟਰ ਨੇ ਕਿਹਾ ਕਿ ਸਿੱਖੋ ਤੁਹਾਨੂੰ ਖਾਲਿਸਤਾਨ ਦੀ ਲੋੜ ਨਹੀਂ, ਸਾਰਾ ਦੇਸ਼ ਹੀ ਤੁਹਾਡਾ, ਇਹ ਸਾਡਾ ਦੇਸ਼। ਜੇ ਸਾਡਾ ਦੇਸ਼ ਹੁੰਦਾ ਤਾਂ ਜਿਹੜੇ ਚੈਨਲਾਂ ਦੇ ਉੱਤੇ, ਚਾਹੇ KTV ਚਾਹੇ ਦੂਜੇ ਚੈਨਲ ਨੇ, ਸਿੱਖ ਚੈਨਲ ਨੇ, ਜਿੱਥੇ ਸਿੱਖ ਗੱਲਾਂ ਕਰਦੇ ਨੇ, ਸਿੱਖ ਆਪਦਾ ਦੁੱਖ ਦੱਸਦੇ ਨੇ, ਉਹ ਚੈਨਲ ਤੁਸੀਂ ਬੰਦ ਕਰਤੇ। ਪੰਜਾਬ ਬੋਲਦਾ, ਪੰਜਾਬ ਬੋਲ ਕੇ ਕਹਿੰਦਾ ਮੇਰੀ ਬਰਬਾਦੀ ਹੋਈ ਹੈ, ਤੁਹਾਨੂੰ ਬੁਰੀ ਗੱਲ ਲੱਗਦੀ ਹੈ। ਪੰਜਾਬ ਦਾ ਚੈਨਲ ਕਹਿੰਦਾ ਸਾਡਾ ਪਾਣੀ ਖੋਇਆ ਗਿਆ, ਤੁਹਾਨੂੰ ਬੁਰੀ ਗੱਲ ਲੱਗਦੀ ਹੈ। ਪੰਜਾਬ ਕਹਿੰਦਾ ਕਿ ਸਾਨੂੰ 47 ਦੇ ਵਿੱਚ ਸਾਡਾ ਪੰਜਾਬ ਵੰਡਿਆ ਗਿਆ, ਤੁਹਾਨੂੰ ਗੱਲ ਬੁਰੀ ਲੱਗਦੀ ਹੈ, ਤੁਹਾਨੂੰ 84 ਦੀ ਗੱਲ ਬੁਰੀ ਲੱਗਦੀ ਹੈ। ਸੋ ਇਹ ਸਾਰੀਆਂ ਗੱਲਾਂ ਦਾ ਇੱਕੋ ਨਿਚੋੜ ਹੈ, ਤੁਹਾਨੂੰ ਸਿੱਖ ਹੀ ਚੰਗਾ ਨਹੀਂ ਲੱਗਦਾ। ਸਿੱਖ ਜਿਹੜੇ ਕਿਸਾਨੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਸੀ, ਜਿਹੜਾ 3 ਕਾਨੂੰਨ ਰੱਦ ਕਰਨ ਵਾਸਤੇ ਦਿੱਲੀ ਦੀਆਂ ਬਰੂਹਾਂ 'ਤੇ ਲੜਿਆ ਗਿਆ, ਸਿੱਖਾਂ ਨੇ ਉਹ ਨਿਸ਼ਾਨ ਸਾਹਿਬ ਲਾਏ ਹੋਏ ਸੀਗੇ, 26 ਜਨਵਰੀ ਨੂੰ ਨਿਸ਼ਾਨ ਸਾਹਿਬ ਲਾਏ ਹੋਏ ਸੀ, ਪਰ ਇੱਕ ਤਬਕਾ ਸੀਗਾ ਜਿਨ੍ਹਾਂ ਦੇ ਸਿਰਾਂ 'ਤੇ ਪੱਗਾਂ ਵੀ ਸੀ, ਕਈਆਂ ਨੇ ਤਾਂ ਕਿਰਪਾਨਾਂ ਵੀ ਪਾਈਆਂ ਸੀ, ਉਹ ਨਾਲ ਜਿਹੜਾ ਇਹੋ 3 ਰੰਗਾ ਭਾਰਤੀ ਝੰਡਾ ਲੈ ਕੇ ਆਉਂਦੇ ਸੀ, ਕਹਿੰਦੇ ਆਹ ਮਾੜਾ ਜਿਹਾ ਨਾਲ ਲਾ ਲਓ। ਜਦੋਂ ਕੇਸਰੀ ਫਲੈਗ ਵਾਲੇ ਸਿੰਘੂ ਬਾਰਡਰ ਤੋਂ ਵਾਪਸ ਆਉਂਦੇ ਨੇ ਤਾਂ ਗਰੀਬਾਂ ਦੇ ਅਤੇ ਹਿੰਦੂਆਂ ਦੇ ਬੱਚੇ ਰੋਂਦੇ ਨੇ ਕਿ ਤੁਸੀਂ ਚੱਲੇ ਹੋ। ਇਹ ਫਲੈਗ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਲੰਗਰ ਲਾ ਤੇ ਕਮਾਲ ਕਰਤੀ 1 ਸਾਲ ਦੇ ਅੰਦਰ। ਇੱਕ ਵੀ ਉਸ ਇਲਾਕੇ ਦਾ ਗਰੀਬ ਬੰਦਾ ਰਾਤ ਨੂੰ ਭੁੱਖਾ ਨਹੀਂ ਸੀ ਸੌਂਦਾ, ਇੱਥੋਂ ਤੀਕਰ ਕਿ ਜਾਨਵਰ ਵੀ ਉੱਥੇ ਰੱਜ ਕੇ ਰਹਿੰਦੇ ਸੀ। ਆਜ਼ਾਦੀ ਦਿਹਾੜਾ ਜਿਹੜਾ ਭਾਰਤੀ ਲੋਕਾਂ ਦਾ ਹੈਗਾ, ਉਹਦੇ ਨੇੜੇ ਸਿੱਖਾਂ ਨੂੰ ਇੱਕ ਤੋਹਫਾ ਸਰਕਾਰ ਨੇ ਦਿੱਤਾ, ਕਹਿੰਦੇ ਜਿਹੜੀਆਂ ਤੁਹਾਡੀਆਂ ਸਰਾਵਾਂ ਉਹਨਾਂ ਦੇ GST ਜਜ਼ੀਆ ਟੈਕਸ ਗੁੱਡਸ ਐਂਡ ਸਰਵਿਸ ਟੈਕਸ ਇਹ ਚਾਹੀਦਾ। ਜਿਹੜੇ ਸਾਡੇ ਸਿੱਖ ਬੇਵਕੂਫ ਲੋਕ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ 'ਤੇ ਇੱਕ ਮਜ਼ਾਕ ਬਣਾਇਆ ਸੀ, ਦੇਖੋ ਨਾ ਮੈਂ ਕੁਛ ਗੱਲਾਂ ਆਮ ਆਦਮੀ ਦੇ ਚੰਗੀਆਂ ਨੇ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਵੀ ਬਹੁਤ ਚੰਗੀ, ਜਿਨ੍ਹਾਂ ਨੇ ਪਾਰਲੀਮੈਂਟ 'ਚ ਕਿਹਾ ਕਿ ਸਿੱਖ ਜੱਜ ਹੋਣੇ ਚਾਹੀਦੇ। ਇਹ ਗੱਲ ਬੜੀ ਇੰਪੋਰਟੈਂਟ ਹੈ। ਇੱਕ ਹੀ ਆਦਮੀ ਬੋਲਿਆ ਜਿਹੜਾ ਸਹੀ ਬੋਲਿਆ ਪਾਰਲੀਮੈਂਟ 'ਚ ਜਾ ਕੇ, ਯਾਰ ਅਸੀਂ ਲੋਕ ਕਿਉਂ ਮਿਹਨਤ ਕਰੀਏ ਇਹਨਾਂ ਦੀ ਕਿ GST ਮਾਫ਼ ਕਰ ਦਿਓ, ਲੈ ਲਓ। ਸਾਡੇ 'ਤੇ ਟੈਕਸ ਤਾਂ ਮੁਗਲਾਂ ਨੇ ਵੀ ਲਾਏ ਸੀ, ਅਫਗਾਨ ਤੋਂ ਵੀ ਲੱਗੇ ਰਹੇ, ਅੰਗਰੇਜ਼ਾਂ ਨੇ ਵੀ ਲਾਏ ਨੇ, ਹਰਿਮੰਦਰ ਸਾਹਿਬ 'ਤੇ ਤੁਸੀਂ ਵੀ ਹਮਲੇ ਕੀਤੇ ਨੇ, ਉਹਨਾਂ ਨੇ ਵੀ ਕੀਤੇ ਨੇ ਜੀ। ਸ਼ਾਇਦ ਸਾਡੇ ਸਿੱਖਾਂ ਨੂੰ ਅਕਲ ਆ ਜਾਵੇ ਜੇ ਇਹ ਟੈਕਸ ਲਾਉਣ ਤਾਂ ਸਾਨੂੰ ਛਿੱਤਰ ਮਾਰਨ ਡੇਲੀ, ਅਤੇ ਸ਼ਾਇਦ ਸਾਡੇ ਸਿੱਖਾਂ ਨੂੰ ਅਕਲ ਆ ਜਾਏ ਜਿਹੜੇ ਅੱਜ ਵੀ ਪੂਛ ਹਿਲਾਉਂਦੇ ਦਿੱਲੀ ਨੂੰ ਜਾਂਦੇ ਨੇ, ਪਤਾ ਲੱਗ ਜੇ ਹੁਣ ਤੁਹਾਨੂੰ ਅੱਜ ਦਿਨ ਚੜ੍ਹਦੇ ਨੂੰ ਤੁਹਾਨੂੰ ਛਿੱਤਰ ਤੁਹਾਡੇ ਸਿਰ 'ਚ ਮਾਰੇ। ਜਿਸ ਗੁਰੂ ਘਰ ਦੇ ਵਿੱਚੋਂ ਤੁਹਾਡੇ ਹਰ ਬੰਦੇ ਨੇ ਲੰਗਰ ਛਕਿਆ ਹੋ ਜੀ, ਜਿਹੜੇ ਗੁਰੂ ਘਰ 'ਚੋਂ ਕੁਰਬਾਨੀਆਂ ਦੀਆਂ ਲੈਣਾ ਲੱਗੀਆਂ ਤਾਂ ਤੁਹਾਨੂੰ ਬਚਾਇਆ ਹੋ, ਯਾਰ ਤੁਸੀਂ ਉਸੇ 'ਤੇ GST ਲਾਤਾ ਯਾਰ। ਉਹਨਾਂ ਦੀ ਕੌਮ ਦੇ ਕਿੱਡੇ ਵਧੀਆ ਆਦਮੀ ਨੇ ਮੋਹਨ ਭਗਵਤ, ਅਤੇ ਦੂਸਰਾ ਜਿਹੜਾ ਕਹਿੰਦਾ 95% ਬਹੁ ਗਿਣਤੀ ਦੇ ਬੰਦੇ ਜੱਜ ਚਾਹੀਦੇ ਨੇ, ਅਫਸਰ ਚਾਹੀਦੇ ਨੇ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ। ਜਦ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਕਹਿ ਰਿਹਾ ਕਿ ਸਾਡਾ ਸਿੱਖ ਜੱਜ ਸੁਪਰੀਮ ਕੋਰਟ 'ਚ ਨਹੀਂ, ਤਾਂ ਉਸ ਵਕਤ ਸਾਡੇ ਸਿੱਖ ਉਹਨਾਂ 'ਤੇ ਹੱਸਦੇ ਨੇ, ਉਹ ਬੇਵਕੂਫੋ ਉਸ ਬੰਦੇ 'ਤੇ ਨਾ ਹੱਸੋ, ਆਪਦੀ ਤਕਦੀਰ 'ਤੇ ਹੱਸ ਰਹੇ ਜੇ। 47 ਦੀ ਵੰਡ ਨੂੰ 75 ਸਾਲ ਬੀਤ ਚੁੱਕੇ ਆ। 47 ਦੀ ਵੰਡ ਸਾਡੇ ਵੱਡ ਵਡੇਰੇ, ਸਾਡੇ ਦਾਦੇ ਨਾਨੇ ਇਹਨੂੰ ਰੌਲਾ ਵੀ ਕਹਿੰਦੇ ਹੁੰਦੇ ਸੀ, 47 ਵਾਲਾ ਰੌਲਾ। ਅਤੇ ਅੱਜ ਕੱਲ੍ਹ ਭਾਰਤੀ ਸਰਕਾਰ, ਕੁਛ ਲੋਕ ਇਹਨੂੰ ਆਜ਼ਾਦੀ ਦਿਹਾੜਾ ਵੀ ਕਹਿਣ ਲੱਗ ਪਏ ਆ। ਇਸ ਵਾਰ ਮੋਦੀ ਸਰਕਾਰ ਨੇ ਭਾਰਤ ਦੇ ਨਾਗਰਿਕਾਂ ਨੂੰ ਇੱਕ ਸੁਨੇਹਾ ਘੱਲਿਆ ਔਰ ਉਹਨੂੰ ਪ੍ਰਚਾਰਿਆ ਬੜੇ ਜ਼ੋਰ ਅਤੇ ਸ਼ੋਰ ਦੇ ਨਾਲ ਜਾ ਰਿਹਾ। ਉਹ ਇਹ ਹੈ ਕਿ 2 ਅਗਸਤ ਤੋਂ 15 ਅਗਸਤ ਤੱਕ ਆਪਣੇ ਕੋਠਿਆਂ ਦੇ ਉੱਤੇ ਭਾਰਤੀ 3 ਰੰਗਾ ਝੰਡਾ ਤਿਰੰਗਾ ਲਾਇਆ ਜਾਵੇ। ਤਾਂ ਦੂਜੇ ਪਾਸੇ ਸਿੱਖਾਂ ਦੀ
ਆਜ਼ਾਦੀ ਮੰਗਣ ਵਾਲੀ ਸੰਸਥਾ ਦਲ ਖਾਲਸਾ ਵੱਲੋਂ ਮੁੜਵਾਂ ਜਵਾਬ ਦਿੱਤਾ ਗਿਆ ਵੀ ਸਿੱਖ ਜਿਹੜੇ ਆ ਉਹ ਕੇਸਰੀ ਨਿਸ਼ਾਨ ਸਾਹਿਬ ਹੀ ਲਾਉਣਗੇ, ਔਰ ਨਾਲ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਵੀ ਸਿੱਖ ਜਿਹੜੇ ਆ ਉਹ ਆਪਣੇ ਕੋਠਿਆਂ ਦੇ ਉੱਤੇ ਆਪਣੇ ਵਹੀਕਲਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਾਓ। ਇਸ ਮੁੱਦੇ ਦੇ ਬਾਰੇ ਅਸੀਂ ਆਜ਼ਾਦੀ ਦਿਹਾੜੇ ਬਾਰੇ ਜਾਂ ਉਸ 47 ਦੀ ਵੰਡ ਬਾਰੇ ਉਸ ਉਜਾੜੇ ਬਾਰੇ ਕੁਛ ਗੱਲਾਂ ਬਾਤਾਂ ਵਕੀਲ ਹਰਪਾਲ ਸਿੰਘ ਜੀ ਖਾਰਾ ਦੇ ਨਾਲ ਕਰਾਂਗੇ, ਕਿਉਂਕਿ ਇਹਨਾਂ ਦਾ ਵੀ ਪਿਛੋਕੜ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ, ਇਹ ਵੀ ਉਦੋਂ ਕਹਿ ਲਓ ਵੀ ਉੱਜੜ ਕੇ ਆਏ ਨੇ। ਸਵਾਗਤ ਹੈ ਖਹਿਰਾ ਸਾਹਿਬ ਕੇ ਟੀ ਵੀ 'ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ, ਜਿੱਦਾਂ ਕਿ ਸੁਨੇਹਾ ਆਇਆ ਭਾਰਤੀ ਪ੍ਰਧਾਨ ਮੰਤਰੀ ਮੋਦੀ ਦਾ, ਕਹਿੰਦੇ ਵੀ ਜਿੰਨੇ ਭਾਰਤ ਦੇ ਨਾਗਰਿਕ ਆ ਉਹ ਸਾਰੇ ਆਪਣੇ ਕੋਠਿਆਂ ਦੇ ਉੱਤੇ ਤਿਰੰਗਾ ਲਾਓ, ਆਪਾਂ ਇਸ ਵਾਰ ਜਿਹੜਾ ਆਜ਼ਾਦੀ ਦਾ ਜਸ਼ਨ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਉਣਾ। ਤਾਂ ਜਦੋਂ ਮੈਂ ਤੁਹਾਡੇ ਵੱਲ ਦੇਖਦਾ, ਤੁਹਾਡੀਆਂ ਪਾਕਿਸਤਾਨ ਦੀਆਂ ਫੇਰੀਆਂ ਦੇਖਦਾ, ਤੁਸੀਂ ਜਦੋਂ ਆਪਣੇ ਜੱਦੀ ਪਿੰਡਾਂ 'ਚ ਜਾਂਦੇ ਉੱਥੇ ਲੋਕਾਂ ਦੇ ਅੱਥਰੂ ਦੇਖਦਾ, ਤਾਂ ਮੇਰੀਆਂ ਅੱਖਾਂ ਦੇ ਅੱਗੇ ਬਹੁਤ ਸਾਰੀਆਂ ਸਟੋਰੀਆਂ ਆਉਂਦੀਆਂ ਕਿਸ ਤਰ੍ਹਾਂ ਉਹ ਵੰਡ ਹੋਈ, ਕਤਲੋ ਗਾਰਤ ਹੋਈ, ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਬੰਗਾਲ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਪਾਕਿਸਤਾਨ, ਇਹਨਾਂ ਤਿੰਨ ਥਾਵਾਂ 'ਤੇ ਲੋਕਾਂ ਨੂੰ ਜੇ 1947 ਦੀ ਖੁਸ਼ੀ ਹੈ ਤਾਂ ਮੇਰੇ ਦੇਖਣ 'ਚ ਇੱਦੂ 'ਤੇ ਮਾੜੀ ਗੱਲ ਨਹੀਂ ਹੋ ਸਕਦੀ। ਜਿਹਨਾਂ ਤਿੰਨ ਸਟੇਟਾਂ ਦੇ ਵਿੱਚੋਂ 15 ਤੋਂ 20 ਲੱਖ ਬੰਦਾ ਮਰ ਗਿਆ ਹੋਵੇ, ਜਿਨ੍ਹਾਂ ਦੀਆਂ ਦੂਜੀ ਜਾਂ ਤੀਜੀ ਪੀੜ੍ਹੀ ਦੇ ਵਿੱਚ ਕੁੜੀਆਂ ਨਾਲ ਰੇਪ ਹੋਏ ਹੋਣ, 80,000 ਜਨਾਨੀ ਨਾਲ ਰੇਪ ਹੋ ਜੇ, 15 ਤੋਂ 20 ਲੱਖ ਬੰਦਾ ਮਾਰ ਦਿੱਤਾ ਗਿਆ ਹੋਵੇ, ਜ਼ਮੀਨਾਂ ਖਤਮ ਹੋ ਗਈਆਂ, ਘਰ ਲੁੱਟੇ ਗਏ ਹੋਣ, ਲਾਸ਼ਾਂ ਦੇ ਉੱਪਰੋਂ ਗੱਡੇ ਲੰਘੇ ਹੋਣ, ਉਹਨੂੰ ਕਹੋ ਤੁਸੀਂ ਕਿ 1947 ਦੀ ਖੁਸ਼ੀ ਮਨਾ? ਮੇਰੇ ਦੇਖਣ ਦੇ ਵਿੱਚ ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਚਾਹੇ ਉਹ ਪਾਕਿਸਤਾਨ ਹੈ ਚਾਹੇ ਉਹ ਬੰਗਲਾਦੇਸ਼, ਇਹਨਾਂ ਤਿੰਨ ਥਾਵਾਂ ਦੇ ਉੱਪਰ ਬੰਗਾਲ ਤਿੱਕਰ ਮੈਂ ਕਹੂੰਗਾ ਸਾਨੂੰ ਜਿਹੜਾ ਹੈ ਇਸ ਦਿਨ ਦੇ ਵਿੱਚ ਇੱਕ ਸੋਗ ਵਜੋਂ ਮਨਾਉਣਾ ਚਾਹੀਦਾ। ਸਾਨੂੰ ਆਪਦੇ ਘਰਾਂ ਦੇ ਅੰਦਰ ਪਾਠ ਕਰਕੇ, ਚਾਹੇ ਉਹ ਅਖੰਡ ਪਾਠ ਰਖਾਉਣ, ਚਾਹੇ ਕਿਤੇ ਮਰਜ਼ੀ ਪਾਠ ਕਰਨ, ਚਾਹੇ ਹਿੰਦੂ ਧਰਮ, ਚਾਹੇ ਸਿੱਖ ਹੈ, ਮੁਸਲਮਾਨ ਹੈ, ਸਾਨੂੰ ਆਪਦੇ ਪੰਜਾਬ ਲੁੱਟੇ ਦੀ, ਬੰਗਾਲ ਲੁੱਟੇ ਦੀ, ਪਾਕਿਸਤਾਨ ਦੇ ਪੰਜਾਬ ਲੁੱਟੇ ਦੀ ਬਰਬਾਦੀ ਦੇ ਬਾਰੇ ਦੇਖਣਾ ਚਾਹੀਦਾ। ਵੰਡਿਆ ਪੰਜਾਬ ਗਿਆ, 5 ਦਰਿਆ ਸਾਡੇ ਖਤਮ ਹੋ ਗਏ, ਸਾਡੀ ਸਿੱਖ ਹਿਸਟਰੀ, ਪੰਜਾਬ ਦੀ ਹਿਸਟਰੀ ਜੋ ਲਾਹੌਰ ਤੋਂ ਲੈ ਕੇ ਅਤੇ ਉੱਥੇ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਜਮਰਾਓ ਦੇ ਕਿਲੇ ਤੀਕਰ ਸਾਡੀ ਸਾਰੀ ਸਿੱਖ ਹਿਸਟਰੀ ਖਤਮ ਹੋ ਗਈ, ਅਤੇ ਯਾਰ ਸਾਨੂੰ ਅਸੀਂ ਖੁਸ਼ੀਆਂ ਮਨਾਈਏ? ਮੇਰੇ ਦੇਖਣ 'ਚ ਅਸੀਂ ਅੱਜ ਤੀਕਰ ਸਿਵਾਏ ਬੇਵਕੂਫੀ ਤੋਂ ਕੁਛ ਨਹੀਂ ਕੀਤਾ। ਪਹਿਲੇ ਬੰਦੇ ਅਸੀਂ ਹਾਂ ਜਿਹੜੇ ਆਪਦੇ ਘਰ ਦੇ ਲੁੱਟਣ ਦੀ ਖੁਸ਼ੀ ਦੇ ਵਿੱਚ ਅਸੀਂ ਖੁਸ਼ੀ ਮਨਾ ਰਹੇ ਹਾਂ। ਯਾਰ ਕਾਹਦੀ ਖੁਸ਼ੀ ਹੈ? ਖੁਸ਼ੀ ਤਾਂ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਨੂੰ ਕੁਝ ਬਣਿਆ, ਜਿਹੜੇ ਸਾਡੇ ਹਿੰਦੂ ਭਰਾ ਇੱਥੋਂ ਲੁੱਟੇ ਗਏ ਨੇ 1947 ਦੇ ਅੰਦਰ, ਉਹਨਾਂ ਨੂੰ ਕਹੋ ਜਾ ਕੇ ਬੰਬੇ ਖੁਸ਼ੀ ਮਨਾਉਣ, ਉਹਦਾ ਲੁੱਟ ਪੁੱਟ ਕੇ ਆਏ ਸੀ, ਉਹ ਤਾਂ ਰੋਂਦੇ ਗਏ ਨੇ, ਕਈ ਕਈ ਪਹਿਲੀ ਪੀੜ੍ਹੀ ਰੋਂਦੇ ਗਏ ਨੇ। ਜਿਵੇਂ ਇੱਕ ਫਿਲਮੀ ਐਕਟਰ ਬਲਰਾਜ ਸਾਹਨੀ ਸੀ, ਉਹਦੀ ਇੱਕ ਬੁੱਕ ਛਪੀ ਸੀ ਸਫ਼ਰਨਾਮਾ, ਅਤੇ ਉਹਨੇ ਬੜਾ ਕਲੀਅਰ ਕੀਤਾ ਸੀ ਕਿ ਇਦੋਂ ਵੱਡਾ ਦਖਾਂਤ 47 ਤੋਂ ਵਰਗਾ ਦਖਾਂਤ ਕਿਤੇ ਹੋ ਨਹੀਂ ਸਕਦਾ। ਹੁਣ ਰਹਿ ਗਈ ਸਿੱਖਾਂ ਦੀ ਗੱਲ, ਸਿੱਖਾਂ ਦੇ ਨਾਲ ਜੇ 1947 ਆਈ ਤਾਂ ਉਸ ਤੋਂ ਬਾਅਦ 1984 ਉਦੋਂ ਮਾੜੀ ਆਈ, ਜਿਹੜੀ ਕੌਮ ਦੇ ਉੱਤੇ ਉਹਨਾਂ ਦੀਆਂ ਲੇਡੀਜ਼ ਦੇ ਉੱਤੇ ਪ੍ਰਾਈਵੇਟ ਪਾਰਟਸ ਦੇ ਵਿੱਚ ਤਿਰੰਗੇ ਝੰਡੇ ਲਾਏ ਗਏ ਹੋਣ, ਉਹਨਾਂ ਦੀ ਹੋਂਦ ਨੂੰ ਦੱਸਿਆ ਗਿਆ ਹੋਵੇ, ਫਿਰ ਕਹੋ ਤੁਸੀਂ ਤਿਰੰਗੇ ਲਾਓ? ਯਾਰ ਉਹਨਾਂ ਨੂੰ ਨਫ਼ਰਤ ਹੋ ਚੁੱਕੀ ਹੈ। ਜਿਸ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਸਿੱਖ ਅਕਾਲ ਤਖ਼ਤ ਸਾਹਿਬ ਨੂੰ ਸਮਝਦਾ, ਉਹਨੂੰ ਢਾ ਕੇ ਉਹਦੇ 'ਤੇ ਕਬਜ਼ਾ ਕਰਕੇ ਆਰਮੀ ਆਪਦਾ ਫਲੈਗ ਲਾਵੇ ਇੰਡੀਆ ਦਾ, ਕੀ ਉਹ ਦੂਜੀ ਕੰਟਰੀ ਸੀ? ਜਿਹੜੇ ਨਿੱਕੇ ਨਿੱਕੇ ਬੱਚੇ ਉਸ ਹਰਿਮੰਦਰ ਸਾਹਿਬ 'ਚ ਮਾਰ ਦਿੱਤੇ ਗਏ ਸੀ, ਉਹ ਬਾਹਰਲੀ ਕੰਟਰੀ 'ਚੋਂ ਆਏ ਸੀ ਬੰਦੇ ਉਹ ਜੀ। ਸੋ ਤੁਸੀਂ ਕਿਤੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਪੜ੍ਹਿਆ ਜੇ, ਜਾਂ ਜਦੋਂ ਜੇਠ ਮਲਾਣੀ 25 ਐਡਵੋਕੇਟ ਲੈ ਕੇ ਗਏ ਨੇ 1 ਜਾਂ 2 ਨਵੰਬਰ ਨੂੰ 84 ਦੇ ਵਿੱਚ, ਉਹਨਾਂ ਦੀਆਂ ਬੁੱਕ ਦੇਖਿਆ ਜੇ ਕੀ ਹਾਲਾਤ ਸੀ ਦਿੱਲੀ ਦੇ ਅੰਦਰ। ਆਰਮੀ ਦੇ ਜਿਹੜੇ ਅਫੀਸਰ ਸੀ ਜਿਹੜੇ ਟ੍ਰੇਨ 'ਚੋਂ ਉਤਰੇ ਨੇ, ਉਹਨਾਂ ਦੀਆਂ ਅੱਖਾਂ 'ਚੋਂ ਸਰੀਏ ਆਰ ਪਾਰ ਕੀਤੇ ਗਏ। ਅੱਜ ਤੀਕਰ ਕਿੰਨੇ ਕੁ ਬੰਦਿਆਂ ਨੂੰ ਫਾਂਸੀ ਹੋਈ ਹੈ ਦਿਖਾ ਦਿਓ? 1984 ਦੇ ਕਤਲੇਆਮ ਦੇ ਵਿੱਚ ਕਿਸੇ ਬੰਦੇ ਨੂੰ ਫਾਂਸੀ ਦਿੱਤੀ ਹੋਵੇ? ਅਜੇ ਪਿੱਛੇ ਜੇ ਇੱਕ ਸੈਂਟਰ ਦੇ ਮਿਨਿਸਟਰ ਨੇ ਕਿਹਾ ਕਿ ਸਿੱਖੋ ਤੁਹਾਨੂੰ ਖਾਲਿਸਤਾਨ ਦੀ ਲੋੜ ਨਹੀਂ, ਸਾਰਾ ਦੇਸ਼ ਹੀ ਤੁਹਾਡਾ ਹੈ, ਇਹ ਸਾਡਾ ਦੇਸ਼ ਹੈ। ਜੇ ਸਾਡਾ ਦੇਸ਼ ਹੁੰਦਾ ਤਾਂ ਜਿਹੜੇ ਚੈਨਲਾਂ ਦੇ ਉੱਤੇ, ਚਾਹੇ KTV ਚਾਹੇ ਦੂਜੇ ਚੈਨਲ ਨੇ, ਸਿੱਖ ਚੈਨਲ ਨੇ, ਜਿੱਥੇ ਸਿੱਖ ਗੱਲਾਂ ਕਰਦੇ ਨੇ, ਸਿੱਖ ਆਪਦਾ ਦੁੱਖ ਦੱਸਦੇ ਨੇ, ਉਹ ਚੈਨਲ ਤੁਸੀਂ ਬੰਦ ਕਰਤੇ ਨੇ।
ਪਰ ਜਿੱਥੇ ਤੁਹਾਡਾ ਹਿੰਦੂ ਰਾਸ਼ਟਰ ਅਤੇ RSS ਘੱਟ ਗਿਣਤੀਆਂ ਨੂੰ ਗਾਲਾਂ ਕੱਢਦੇ ਨੇ, ਉਹਨਾਂ ਦੀ ਹਿਸਟਰੀ ਤੋੜ ਮਰੋੜ ਕੇ ਬੋਲਦੇ ਨੇ, ਖਾਸ ਕਰਕੇ ਮੁਸਲਮਾਨ ਨੂੰ ਟਾਰਗੇਟ ਕਰਦੇ ਨੇ, ਉਹ ਤੁਸੀਂ ਚੈਨਲ ਬੰਦ ਨਹੀਂ ਕੀਤੇ? ਸਹੀ, ਇੱਕ ਵੀ ਚੈਨਲ ਬੰਦ ਕੀਤਾ? ਦੱਸੋ, ਪੰਜਾਬ ਦੇ ਅੰਦਰ ਜਿਹੜੀਆਂ ਧੀਆਂ ਭੈਣਾਂ ਗੰਦਾ ਕਲਚਰ ਦਿਖਾਇਆ ਜਾਂਦਾ ਹੈ, ਜਿਹੜੇ ਰੱਜ ਕੇ ਗੰਦੇ ਗਾਣੇ ਨੇ ਉਹ ਦਿਖਾਏ ਜਾ ਰਹੇ ਨੇ, ਉਹਨਾਂ ਬਾਰੇ ਤੁਸੀਂ ਚੈਨਲ ਬੰਦ ਨਹੀਂ ਕਰਦੇ? ਚੈਨਲ ਬੰਦ ਕਿਹੜੇ ਕਰਦੇ ਹੋ ਜਿਹੜੇ ਜਸਵੰਤ ਸਿੰਘ ਖਾਲੜਾ, ਸਰਦਾਰ ਜਸਵੰਤ ਸਿੰਘ ਖਾਲੜੇ ਦੀ ਰਿਪੋਰਟ ਨੂੰ ਕਹਿੰਦੇ ਨੇ ਕਿ 25,000 ਮੁੰਡਾ ਬੇਗਨਾ ਫੇਕ ਇਨਕਾਊਂਟਰ ਹੋਇਆ? ਤੁਹਾਨੂੰ ਤਾਂ ਚੈਨਲ ਤਾਂ ਭੈੜੇ ਲੱਗਦੇ ਨੇ ਜਦੋਂ 1984 ਨਵੰਬਰ ਦਾ ਮਹੀਨਾ ਚੈਨਲ ਦਿਖਾਉਂਦੇ ਨੇ, ਤਾਂ ਤੁਹਾਨੂੰ ਲੱਗਦਾ ਵਰਲਡ ਦੇ ਵਿੱਚ ਗੱਲ ਜਾਂਦੀ? ਕਿਉਂ ਦਿਖਾਉਂਦੇ ਨੇ ਯਾਰ? ਜਦੋਂ ਇਹ ਚੈਨਲ ਉੱਠ ਕੇ ਅਕਾਲ ਤਖ਼ਤ ਸਾਹਿਬ ਢਾਉਣਾ ਵਿਖਾਉਂਦੇ ਨੇ ਤਾਂ ਤੁਹਾਨੂੰ ਬੁਰਾ ਲੱਗਦਾ। ਜੇ ਉਹ ਚੈਨਲ ਉੱਠ ਕੇ 1947 ਦੀ ਵੰਡ ਦਿਖਾਉਂਦਾ ਹੈ, ਉਹ ਰਾਸ਼ਟਰ ਦੀ ਗੱਲ ਕਰਦਾ, ਉਦੋਂ ਤੁਹਾਨੂੰ ਚੈਨਲ ਬੰਦ ਕਰਨ ਨੂੰ ਜੀ ਨਹੀਂ ਕਰਦਾ? ਜਦੋਂ ਤੁਸੀਂ ਅੰਗਰੇਜ਼ਾਂ ਦਾ ਜ਼ੁਲਮ ਦਿਖਾਉਣੇ ਹੋ ਉਦੋਂ ਚੈਨਲ ਬੰਦ ਨਹੀਂ ਕਰਦੇ ਤੁਸੀਂ? ਜਦੋਂ ਅਫਗਾਨ ਅਤੇ ਮੁਗਲ ਦਾ ਜ਼ੁਲਮ ਦਿਖਾਉਣੇ ਹੋ ਤੁਸੀਂ ਚੈਨਲ ਬੰਦ ਨਹੀਂ ਕਰਦੇ? ਪਰ ਜਦੋਂ 1947 ਤੋਂ ਬਾਅਦ ਦਾ ਅਸੀਂ ਸਿੱਖਾਂ ਦੇ ਉੱਪਰ ਜ਼ੁਲਮ ਦਿਖਾਉਣੇ ਹਾਂ, ਜਿਹਨੂੰ ਸੁਪਰੀਮ ਕੋਰਟ ਵੀ ਕਹਿ ਚੁੱਕੀ ਕਿ ਇੱਥੇ ਆਪਣੇ ਫੇਕ ਇਨਕਾਊਂਟਰ ਹੋਏ ਨੇ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਮੰਨਿਆ ਗਿਆ ਹੈ ਕਿ ਮੁੰਡੇ ਫੇਕ ਇਨਕਾਊਂਟਰ 'ਚ ਮਾਰੇ ਨੇ, ਉਦੋਂ ਤੁਹਾਨੂੰ ਇਹ ਚੈਨਲ ਬਹੁਤ ਬੁਰੇ ਲੱਗਦੇ? ਸਹੀ ਕਿਹਾ। ਸੋ ਮੈਂ ਇੱਕ ਗੱਲ ਕਹੂੰਗਾ, ਤੁਸੀਂ ਤਾਂ ਕਹਿੰਦੇ ਹੋ ਸਾਡਾ ਦੇਸ਼ ਹੈ, ਮੈਨੂੰ ਤਾਂ ਲੱਗਦਾ ਸਾਡਾ ਪੰਜਾਬ ਵੀ ਨਹੀਂ ਰਹਿ ਰਿਹਾ, ਸਾਡਾ ਤਾਂ ਪੰਜਾਬ ਵੀ ਤੁਸੀਂ ਖੋ ਰਹੇ ਹੋ। ਕੋਈ ਘੱਟ ਗਿਣਤੀ ਨੂੰ ਆਜ਼ਾਦੀ ਨਹੀਂ, ਸਾਡੀ ਇੱਕ ਚੈਨਲ ਦੀ ਆਵਾਜ਼ ਹੁੰਦੀ, ਤੁਸੀਂ ਹਫ਼ਤੇ ਬਾਅਦ ਤੁਸੀਂ ਬੰਦ ਕਰ ਦਿੰਦੇ ਹੋ ਜੀ ਉਹਨੂੰ। ਇੱਕ ਵੀ ਦੱਸੋ ਕਿਸੇ ਚੈਨਲ ਨੇ ਦਿਖਾਇਆ ਹੋਵੇ ਕਿ ਇੰਡੀਆ 'ਤੇ ਹਮਲਾ ਕਰ ਦਿਓ ਜੀ? ਅਸੀਂ ਤਾਂ ਆਪਦੀ ਜਿਹੜਾ ਦੁੱਖ ਦੱਸਦੇ ਹਾਂ, ਅਸੀਂ ਆਪਦੀ ਬਰਬਾਦੀ ਦੱਸਦੇ ਹਾਂ। ਪੰਜਾਬ ਬੋਲਦਾ, ਪੰਜਾਬ ਬੋਲ ਕੇ ਕਹਿੰਦਾ ਮੇਰੀ ਬਰਬਾਦੀ ਹੋਈ ਹੈ, ਤੁਹਾਨੂੰ ਬੁਰੀ ਗੱਲ ਲੱਗਦੀ ਹੈ ਜੀ? ਪੰਜਾਬ ਦਾ ਚੈਨਲ ਕਹਿੰਦਾ ਸਾਡਾ ਪਾਣੀ ਖੋਇਆ ਗਿਆ, ਤੁਹਾਨੂੰ ਬੁਰੀ ਗੱਲ ਲੱਗਦੀ ਹੈ? ਪੰਜਾਬ ਕਹਿੰਦਾ ਕਿ 1947 ਦੇ ਵਿੱਚ ਸਾਡਾ ਪੰਜਾਬ ਵੰਡਿਆ ਗਿਆ, ਤੁਹਾਨੂੰ ਗੱਲ ਬੁਰੀ ਲੱਗਦੀ ਹੈ? ਤੁਹਾਨੂੰ 84 ਦੀ ਗੱਲ ਬੁਰੀ ਲੱਗਦੀ ਹੈ? ਸੋ ਇਹ ਸਾਰੀਆਂ ਗੱਲਾਂ ਦਾ ਇੱਕੋ ਨਿਚੋੜ ਹੈ, ਤੁਹਾਨੂੰ ਸਿੱਖ ਹੀ ਚੰਗਾ ਨਹੀਂ ਲੱਗਦਾ ਪੰਜਾਬ ਦੇ ਅੰਦਰ। ਸੋ ਸਿੱਖਾਂ ਨੂੰ ਵੀ ਮਾੜੀ ਮੋਟ ਸ਼ਰਮ ਕਰਨੀ ਚਾਹੀਦੀ ਹੈ, ਜਿਹੜੇ ਇਹਨਾਂ ਦੇ ਮਗਰ ਲੱਗੇ ਹੋਏ ਨੇ। ਤੁਸੀਂ ਪਹਿਲੀ ਗੱਲ ਕਰੋ ਕਿ ਤੁਸੀਂ ਸੰਵਿਧਾਨ ਨੂੰ ਮੰਨਦੇ ਜੇ, ਫਰੀਡਮ ਆਫ ਸਪੀਚ ਦੀ ਗੱਲ ਹੈ, ਮੰਨਦੇ ਜੇ ਤੁਸੀਂ? ਬਿਲਕੁਲ। ਤੁਸੀਂ ਨਾ ਸਿੱਖ ਨੂੰ ਬੋਲਣ ਦਿੰਦੇ ਜੇ, ਨਾ ਤੁਸੀਂ ਮੁਸਲਮਾਨ ਨੂੰ ਬੋਲਣ ਦਿੰਦੇ ਜੇ ਯਾਰ? ਤੁਹਾਡੇ ਬੰਦਿਆਂ ਦੀਆਂ ਵੀਡੀਓ ਪਈਆਂ ਨੇ ਮੇਰੇ ਕੋਲ, ਜਿਨ੍ਹਾਂ ਨੇ ਥਰੈਟ ਕੀਤੀ ਸ਼ਰੇਆਮ, ਜਿਹੜੇ ਕਹਿੰਦੇ ਨੇ 95% ਹਾਇਰ ਅਥਾਰਟੀ, ਹਾਇਰ ਅਫੀਸਰ 95% ਜਿਹੜਾ ਹਿੰਦੂ ਰਾਸ਼ਟਰ 'ਚੋਂ ਚਾਹੀਦਾ। ਉਦੋਂ ਤੁਹਾਨੂੰ ਗੁੱਸਾ ਨਹੀਂ ਆਉਂਦਾ? ਤੁਸੀਂ ਪਰਚੇ ਦਰਜ ਨਹੀਂ ਕਰਦੇ? ਉਦੋਂ ਤੁਸੀਂ ED ਦੀ ਰੇਡ ਨਹੀਂ ਕਰਾਉਂਦੇ ਉਹਨਾਂ 'ਤੇ? ਪਰ ਜਿਨ੍ਹਾਂ ਦੇ ਤਸ਼ੱਦਦ ਹੁੰਦਾ, ਉਹਨਾਂ ਦਾ ਕੋਈ ਬੰਦਾ ਬੋਲਦਾ ਹੈ, ਉਦੋਂ ਤੁਸੀਂ ਕਹਿੰਦੇ ਹੋ ਅਸੀਂ ED ਦੀ ਰੇਡ ਕਰਾਵਾਂਗੇ। ਸੋ ਕਿਤੇ ਕਿਤੇ ਸਾਨੂੰ ਗੁਲਾਮੀ ਵੱਲ ਜਾ ਰਹੇ ਨੇ। ਗੁਲਾਮ ਸਾਨੂੰ ਸਮਝ, ਅਸੀਂ ਹੈਗੇ ਹੀ ਹਾਂ, ਅਤੇ ਬਾਕੀ ਜਿਹੜਾ ਦਲ ਖਾਲਸਾ ਨੇ ਕਿਹਾ ਹੈ ਉਹ ਕੋਈ ਗਲਤ ਗੱਲ ਨਹੀਂ ਕਹੀ ਜੀ। ਨਿਸ਼ਾਨ ਸਾਹਿਬ ਵਾਲਾ ਸਾਡਾ ਗੁਰੂ ਘਰ ਦਾ ਫਲੈਗ ਹੈ, ਇਹ ਉਹ ਫਲੈਗ ਹੈ ਜਿਨ੍ਹਾਂ ਨੇ ਅਫਗਾਨ ਦੇ ਵਿੱਚ ਜਦੋਂ ਟਕੇ ਟਕੇ ਦੇ ਜਨਾਨੀਆਂ ਵਿਕਦੀਆਂ ਸੀ, ਇੰਡੀਆ ਦਾ ਇਹ ਫਲੈਗ ਜਾ ਕੇ ਬਚਾਉਂਦਾ ਹੁੰਦਾ ਸੀ ਜੀ। ਇਸ ਫਲੈਗ ਨੇ ਸਾਨੂੰ ਬਚਾਇਆ ਅਫਗਾਨ ਦੇ ਵਿੱਚੋਂ, ਇਸ ਫਲੈਗ ਨੇ ਮੁਗਲਾਂ ਨੂੰ ਖਤਮ ਕੀਤਾ ਸੀ, ਇਹ ਉਹ ਫਲੈਗ ਹੈ ਜਦੋਂ ਜਾ ਕੇ ਅੰਗਰੇਜ਼ ਨੂੰ ਕੱਢਿਆ ਇਸ ਜੀ, ਇਹ ਉਹੀ ਫਲੈਗ ਹੈ ਜਿਹਨੇ ਚਾਈਨਾ ਨਾਲ ਮੁਕਾਬਲਾ ਕੀਤਾ, ਮੁੜ ਕੇ 62-65 ਦੀ ਲੜਾਈ ਲੜੀ। ਸੋ ਅੱਜ ਤੁਹਾਨੂੰ ਇਹ ਫਲੈਗ ਮਾੜਾ ਲੱਗੇਗਾ, ਅੱਜ ਤੁਹਾਨੂੰ ਲੱਗਦਾ ਕਿ ਅੱਤਵਾਦੀਆਂ ਦਾ ਫਲੈਗ ਹੈ, ਇਹ ਸਾਡੀ ਬੈਡ ਲੱਕ ਹੈ, ਸਾਡੀ ਮਾੜੀ ਕਿਸਮਤ ਹੈ ਜਦੋਂ ਸਾਡੇ ਸਿੱਖ ਲੀਡਰ ਆਪਦੇ ਅਗੇਂਸਟ ਬਕਵਾਸ ਕਰਦੇ। ਇੱਕ ਖਰਾ ਸਾਹਿਬ, ਜਿੱਦਾਂ ਤੁਸੀਂ ਕਿਹਾ ਹੈਗਾ ਕਿ ਸਾਡਾ ਕੌਮੀ ਝੰਡਾ ਹੈ, ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਕੇਸਰੀ ਨਿਸ਼ਾਨ ਦੀ ਛਤਰਛਾਹ ਹੇਠ ਹੋਈਆਂ, ਅਸੀਂ ਬਹੁਤਾ ਅਤੇ ਪਿੱਛੇ ਨਾ ਜਾਈਏ। ਜਿੱਦਾਂ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਿਹੜੇ ਸਿੱਖ ਚਾਹੁੰਦੇ ਸੀ, ਬਹੁਤਾਂ ਜਿਹੜੇ ਸਿੱਖ ਚਾਹੁੰਦੇ ਸੀਗੇ, ਕਿਉਂਕਿ ਸਿੱਖ ਜਿਹੜੇ ਕਿਸਾਨੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਸੀ, ਜਿਹੜਾ 3 ਕਾਨੂੰਨ ਰੱਦ ਕਰਨ ਵਾਸਤੇ ਦਿੱਲੀ ਦੀਆਂ ਬਰੂਹਾਂ 'ਤੇ ਲੜਿਆ ਗਿਆ, ਸਿੱਖਾਂ ਨੇ ਉਹ ਨਿਸ਼ਾਨ ਸਾਹਿਬ ਲਾਏ ਹੋਏ ਸੀਗੇ, 26 ਜਨਵਰੀ ਨੂੰ ਵੀ ਨਿਸ਼ਾਨ ਸਾਹਿਬ ਲਾਏ ਹੋਏ ਸੀ, ਪਰ ਇੱਕ ਤਬਕਾ ਸੀਗਾ ਜਿਨ੍ਹਾਂ ਦੇ ਸਿਰਾਂ 'ਤੇ ਪੱਗਾਂ ਵੀ ਸੀ, ਕਈਆਂ ਨੇ ਤਾਂ ਕਿਰਪਾਨਾਂ ਵੀ ਪਾਈਆਂ ਸੀ, ਉਹ ਨਾਲ ਜਿਹੜਾ ਇਹੋ 3 ਰੰਗਾ ਭਾਰਤੀ ਝੰਡਾ ਲੈ ਕੇ ਆਉਂਦੇ ਸੀ, ਕਹਿੰਦੇ ਆਹ ਮਾੜਾ ਜਿਹਾ ਨਾਲ ਲਾ ਲਓ, ਆਹ ਲਾ ਲਓ ਜੀ ਮਾੜਾ ਜਿਹਾ, ਜਿੱਦਾਂ 26 ਵਾਲੀ ਜਿਹੜੀ ਪਰੇਡ ਸੀ, ਨਹੀਂ ਆਹ ਜ਼ਰੂਰ ਲਾਓ, ਦੂਜਾ ਭਲਾ ਨਾ ਲਾਓ। ਔਰ ਕਈਆਂ ਨੇ ਤਾਂ ਜਿਹੜਾ ਹੈਗਾ ਉੱਥੇ ਸਪੈਸ਼ਲ ਵੰਡੇ ਵੀ ਕੋਲੋਂ ਛਪਾ ਛਪਾ ਕੇ, ਹੈ ਨਾ, ਔਰ ਉਹਨਾਂ ਨੇ ਜਿਹੜਾ ਕੇਸਰੀ ਨਿਸ਼ਾਨ ਸਾੜੇ ਵੀ, ਕਈਆਂ ਨੇ ਕਈ ਸੰਸਥਾਵਾਂ ਦੇ ਆਗੂ ਸੀ, ਹੋਰ ਸੀ, ਚਲੋ ਨਹੀਂ ਉੱਧਰ ਨਾ ਜਾਈਏ। ਤਾਂ ਕੀ ਇਹ ਸਾਰਾ ਇੱਕੋ ਹੀ ਟੋਲਾ ਹੈਗਾ ਜਿਹੜਾ ਰਾਸ਼ਟਰਵਾਦੀ ਟੋਲਾ, ਇਹ ਸਾਰਾ ਮਤਲਬ ਭਾਰਤੀ ਜਿਹੜਾ ਹੈਗਾ ਉਹ ਜਿਹੜਾ ਉਹ ਸੰਦ ਦਾ ਹੀ ਹਿੱਸਾ ਹੈਗਾ ਸਾਰਾ ਕੁਛ? ਦੇਖੋ, ਇੱਥੇ ਦੋ ਗੱਲਾਂ ਕਲੀਅਰ ਹੁੰਦੀਆਂ ਨੇ।
ਜਿਹੜੇ ਬੰਦੇ ਰਾਸ਼ਟਰੀ ਬੰਦੇ ਬਣਦੇ ਸੀ, ਰਾਸ਼ਟਰੀ ਸਿੱਖ ਘੁੰਮਦੇ ਸੀ, ਜਦੋਂ ਕਿਸਾਨ ਮੋਰਚਾ ਲੱਗਿਆ ਹੈ, ਜਦੋਂ ਤੁਰ ਕੇ ਵਾਪਸ ਆਏ ਨੇ, ਕਿਸੇ ਨੇ ਪਿੱਛੋਂ ਆਵਾਜ਼ ਨਹੀਂ ਮਾਰੀ। ਜਦੋਂ ਕੇਸਰੀ ਫਲੈਗ ਵਾਲੇ ਸਿੰਘੂ ਬਾਰਡਰ ਤੋਂ ਵਾਪਸ ਆਉਂਦੇ ਨੇ ਤੇ ਗਰੀਬਾਂ ਦੇ ਤੇ ਹਿੰਦੂਆਂ ਦੇ ਬੱਚੇ ਰੋਂਦੇ ਨੇ, ਸਹੀ ਹੈ, ਕਿ ਤੁਸੀਂ ਚੱਲੇ ਹੋ। ਇਹ ਫਲੈਗ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਲੰਗਰ ਲਾ ਤੇ ਕਮਾਲ ਕਰਤੀ ਇੱਕ ਸਾਲ ਦੇ ਅੰਦਰ। ਇੱਕ ਵੀ ਉਸ ਇਲਾਕੇ ਦਾ ਗਰੀਬ ਬੰਦਾ ਰਾਤ ਨੂੰ ਭੁੱਖਾ ਨਹੀਂ ਸੀ ਸੌਂਦਾ। ਇੱਥੋਂ ਤੀਕਰ ਕਿ ਜਾਨਵਰ ਵੀ ਉੱਥੇ ਰੱਜ ਕੇ ਰਹਿੰਦੇ ਸੀ। ਅਤੇ ਜਦੋਂ ਵਾਪਸ ਆਉਂਦੇ ਨੇ ਨਾ, ਤੇ ਨਿੱਕੇ ਨਿੱਕੇ ਮਾਸੂਮ ਬੱਚੇ ਕਹਿੰਦੇ ਨੇ ਕਿ ਸਿੱਖਾਂ ਦੇ ਨਾਲ ਅਸੀਂ ਪੰਜਾਬ ਜਾਵਾਂਗੇ, ਅਸੀਂ ਉੱਥੇ ਹੀ ਰਵਾਂਗੇ ਜੀ। ਅਤੇ ਇੱਕ ਦੇਖੋ ਤੁਸੀਂ, ਇਸ ਫਲੈਗ ਵਾਲੇ ਲੋਕ ਇੱਕ ਬੇਜ਼ਬਾਨ ਨੂੰ ਵੀ ਚੁੱਕ ਕੇ ਆਪਦੀ ਟਰਾਲੀ 'ਚ ਰੱਖ ਰਿਹਾ ਹੈ, ਕੁਛ ਬੇਜ਼ਬਾਨਾਂ ਨੂੰ, ਕਿ ਨਹੀਂ ਤੂੰ ਮੋਰਚੇ ਦੇ ਵਿੱਚੋਂ ਨਿਕਲਿਆ, ਤੈਨੂੰ ਪੰਜਾਬ ਲੈ ਚੱਲਦੇ ਹਾਂ, ਦੱਸੋ ਮੈਨੂੰ ਕਿਸੇ ਕੌਮ 'ਚ ਇਹੋ ਜਿਹਾ ਰਹਿਮ ਹੋਵੇਗਾ। ਇਹ ਇੱਕ ਸਿੱਖ ਹੀ ਹੈ, ਇੱਕ ਉਹ ਫਲੈਗ ਵਾਲਾ ਹੀ ਹੈ ਜਿਹਦੇ ਵਿੱਚ ਰਹਿਮ ਹੋਵੇਗਾ, ਜਿਹੜਾ ਲੰਗਰ ਲਾਵੇਗਾ। ਤੇ ਤੁਸੀਂ ਮੈਨੂੰ ਦੱਸੋ, ਹਾਂ ਇੰਡੀਆ 'ਚ ਕਿੰਨੇ ਕੁ ਲੰਗਰ ਲੱਗ ਗਏ ਨੇ ਜਿਹੜੇ ਆਪਣੇ ਆਪ ਨੂੰ ਇੰਡੀਆ ਦੇ ਮਾਲਕ ਸਮਝਦੇ ਨੇ, ਰਾਸ਼ਟਰੀ ਸਿੱਖ, ਰਾਸ਼ਟਰੀ ਸਿੱਖ ਨਹੀਂ, ਰਾਸ਼ਟਰਵਾਦੀ ਲੋਕ, ਬਹੁ ਗਿਣਤੀ ਲੋਕ। ਦੱਸੋ ਕਿੰਨੇ ਕੁ ਲੰਗਰ ਲਾਏ ਨੇ ਇਹਨਾਂ ਨੇ, ਕਿੰਨਿਆਂ ਰੋਜ਼ ਗਰੀਬ ਮਰਦੇ ਨੇ, ਕਿੰਨਿਆਂ ਨੂੰ ਇਮੋਸ਼ਨਲ ਹੋ ਕੇ ਨਾਲ ਲੈ ਕੇ ਗਏ ਨੇ, ਜਿਹੜੇ ਕਹਿੰਦੇ ਨੇ ਕਿ ਸਾਡੇ ਵਿੱਚੋਂ ਇਹ 95% ਸਾਨੂੰ ਰਾਜ 'ਤੇ ਬਹਿਣਾ ਚਾਹੀਦਾ, 95% ਸਾਡੇ ਅਫੀਸਰ ਬਹਿਣਾ ਚਾਹੁੰਦੇ ਨੇ। ਸੋ ਸਾਡੇ ਲੋਕਾਂ ਦੀ ਨਲਾਇਕੀ ਹੈ। ਮੈਂ ਖਾਸ ਕਰਕੇ ਦੂਜੀ ਕੌਮ ਨੂੰ, ਸਿੱਖਾਂ ਨੂੰ ਕਹੂੰਗਾ, ਜਿਹੜੇ ਆਪਦੀਆਂ ਗੱਲਾਂ 'ਤੇ ਖੁਦ ਆਪਦਾ ਮਜ਼ਾਕ ਆਪ ਬਣਾਉਂਦੇ ਜੀ। ਬਿਲਕੁਲ। ਤਾਂ ਜਿੱਥੇ ਇੱਕ ਪਾਸੇ ਭਾਰਤੀ ਪ੍ਰਧਾਨ ਮੰਤਰੀ ਨੇ, ਜਿੱਦਾਂ ਅਸੀਂ ਸਟਾਰਟਿੰਗ ਦੇ ਵਿੱਚ ਸ਼ੁਰੂਆਤੀ ਜਿਹੜੀ ਗੱਲ ਕਰੀ ਸੀ, ਵੀ ਮੋਦੀ ਸਰਕਾਰ ਵੱਲੋਂ ਇਹ ਐਲਾਨ ਹੋਇਆ ਵੀ ਕੋਠਿਆਂ ਦੇ ਉੱਤੇ ਤੁਸੀਂ ਤਿੰਨ ਰੰਗਾ ਭਾਰਤੀ ਝੰਡਾ ਲਾਓ, ਕਿਹੜੇ ਲੋਕ ਲਾਉਣਾ ਚਾਹੁੰਦੇ ਨੇ, ਕਿਹੜੇ ਨਹੀਂ ਲਾਉਣਾ ਚਾਹੁੰਦੇ, ਉਹ ਤਾਂ ਅੱਜ ਤੋਂ ਬਾਅਦ ਜਿਹੜਾ ਹੈਗਾ ਉਹ 2-3 ਤਰੀਕ ਤੋਂ ਬਾਅਦ ਦਿਸਣ ਲੱਗ ਜਾਏਗਾ ਕਿ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਫੈਸਲਾ ਕੀ ਹੈ। ਕਿਉਂਕਿ ਦਲ ਖਾਲਸਾ ਸਿੱਖਾਂ ਦੀ ਜਿਹੜੀ ਹੈਗੀ ਹੈ ਉਹ ਪੁਰਾਤਨ ਜਥੇਬੰਦੀ ਹੈ, ਬਹੁਤ ਵੱਡਾ ਇਤਿਹਾਸ ਜਿਹੜਾ ਦਲ ਖਾਲਸਾ ਦੇ ਪਿੱਛੇ ਖਲੋਤਾ ਹੈ, ਉਹਨਾਂ ਨੇ ਜਿਹੜਾ ਹੈਗਾ ਇਹ ਐਲਾਨ ਕੀਤਾ ਵੀ ਸਿੱਖ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਲਾਉਣ। ਖਰਾ ਸਾਹਿਬ, ਭਾਰਤੀ ਲੋਕਾਂ ਦਾ ਆਜ਼ਾਦੀ ਦਿਹਾੜਾ ਆ ਰਿਹਾ, ਜਿਹਨੂੰ ਪੰਜਾਬ ਦੀ ਸਰਕਾਰ ਵੀ, ਬਾਕੀ ਸਰਕਾਰਾਂ ਵੀ ਰਾਸ਼ਟਰੀ ਜਿਹੜਾ ਹੈਗਾ ਆਜ਼ਾਦੀ ਦਿਵਸ ਦੇ ਨਾਮ ਦੇ ਉੱਤੇ ਗਿੱਧਾ, ਭੰਗੜਾ, ਲੁੱਡੀਆਂ, ਬੋਲੀਆਂ, ਬਹੁਤ ਕੁਛ ਹੋਊਗਾ। ਉਹਨਾਂ ਆਜ਼ਾਦੀ ਦਿਹਾੜਾ ਜਿਹੜਾ ਭਾਰਤੀ ਲੋਕਾਂ ਦਾ ਹੈਗਾ, ਉਹਦੇ ਨੇੜੇ ਸਿੱਖਾਂ ਨੂੰ ਇੱਕ ਤੋਹਫਾ ਸਰਕਾਰ ਨੇ ਦਿੱਤਾ, ਕਹਿੰਦੇ ਜਿਹੜੀਆਂ ਤੁਹਾਡੀਆਂ ਸਰਾਵਾਂ ਉਹਨਾਂ 'ਤੇ GST ਜਜ਼ੀਆ ਟੈਕਸ, ਗੁੱਡਸ ਐਂਡ ਸਰਵਿਸ ਟੈਕਸ ਇਹ ਚਾਹੀਦਾ। ਜਿਹੜੇ ਸਾਡੇ ਸਿੱਖ ਬੇਵਕੂਫ ਲੋਕ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ 'ਤੇ ਇੱਕ ਮਜ਼ਾਕ ਬਣਾਇਆ ਸੀ, ਦੇਖੋ ਨਾ, ਮੈਂ ਕੁਛ ਗੱਲਾਂ ਆਮ ਆਦਮੀ ਦੇ ਚੰਗੀਆਂ ਨੇ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਵੀ ਬਹੁਤ ਚੰਗੀ ਹੈ, ਜਿਨ੍ਹਾਂ ਨੇ ਪਾਰਲੀਮੈਂਟ 'ਚ ਕਿਹਾ ਕਿ ਸਿੱਖ ਜੱਜ ਹੋਣੇ ਚਾਹੀਦੇ ਨੇ। ਇਹ ਗੱਲ ਬੜੀ ਇੰਪੋਰਟੈਂਟ ਹੈ। ਇੱਕ ਹੀ ਆਦਮੀ ਬੋਲਿਆ ਜਿਹੜਾ ਸਹੀ ਬੋਲਿਆ ਪਾਰਲੀਮੈਂਟ 'ਚ ਜਾ ਕੇ, ਕਿਉਂਕਿ ਮੈਂ ਹਰ ਕਿਤੇ ਗੱਲ ਕਰੂੰਗਾ, ਹਰ ਕੌਮ ਦੇ ਵਿੱਚੋਂ, ਹਰ ਖਿੱਤੇ ਦੇ ਵਿੱਚੋਂ ਜਿਹੜੇ ਸਾਡੇ ਜੱਜ ਅਤੇ ਅਫਸਰ ਹੋਣੇ ਚਾਹੀਦੇ ਨੇ ਜੀ, ਕਿਉਂਕਿ ਤੁਹਾਡੀ ਉਸ ਚੀਜ਼ ਨੂੰ ਉਹੀ ਅਫਸਰ ਤੁਹਾਡੀ ਕੈਟਾਗਰੀ 'ਚ ਸਮਝ ਸਕਦਾ ਹੈ। ਜਿਵੇਂ ਕਿ ਇੱਥੇ ਜੱਜ ਸਾਹਿਬ ਸੀ, ਅਸੀਂ ਉਹਨਾਂ ਦੀ ਸ਼ਿਕਾਇਤ ਵੀ ਕੀਤੀ ਸੀ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਅਤੇ ਇੰਸਪੈਕਟਿੰਗ ਜੱਜ ਨੂੰ, ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਦੀ ਇਹ ਕਿਤਾਬ ਪਾੜ ਗਈ ਹੈ, ਜਦਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੀਵਤ ਗੁਰੂ ਹੈ। ਹੁਣ ਰੱਬ ਜਾਣੇ ਉਸ ਜੱਜ ਸਾਹਿਬ ਨੂੰ ਪਤਾ ਨਹੀਂ ਇਸ ਬਾਰੇ, ਜਾਂ ਜਾਣ ਬੁੱਝ ਕੇ ਕਿਹਾ ਹੈ। ਹੁਣ ਅਗਰ ਉੱਥੇ ਸਾਡੀ ਆਪਦੇ ਖਿੱਤੇ ਵਾਲਾ ਜੱਜ ਹੁੰਦਾ, ਜਾਂ ਮੈਂ ਕਹੂੰਗਾ ਸਿੱਖ ਜੱਜ ਹੁੰਦਾ, ਤੇ ਕਮ ਸੇ ਕਮ ਉਹਨੂੰ ਪਤਾ ਤਾਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਡੈਫੀਨੇਸ਼ਨ ਕੀ ਹੈ। ਤੇ ਸਾਡੇ ਸਿੱਖ ਸਿਰੇ ਦੇ ਬੇਵਕੂਫ ਲੋਕ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇਸ ਗੱਲ 'ਤੇ ਹੱਸੇ ਨੇ, ਮਜ਼ਾਕ ਉਡਾਇਆ ਉਹਨਾਂ ਨੇ, ਆਪਦਾ ਮਜ਼ਾਕ ਉਡਾਇਆ ਉਹਨਾਂ ਨੇ ਜੀ। ਜਦੋਂ 1984 ਦੇ ਵਿੱਚ ਅੱਜ 38 ਸਾਲ ਹੋ ਚੁੱਕੇ ਨੇ, ਤੁਹਾਨੂੰ ਕੋਹ ਕੋਹ ਕੇ ਮਾਰਿਆ, ਅੱਜ ਤੀਕਰ ਇੱਕ ਬੰਦਾ ਵੀ ਫਾਂਸੀ ਨਹੀਂ ਚੜਿਆ, ਇੱਕ ਬੰਦਾ ਵੀ ਤੁਹਾਡੀ ਸਜ਼ਾ 'ਚ ਨਹੀਂ ਗਿਆ। ਉਹ ਸੋ ਅਜੇ ਤੁਸੀਂ ਕਹਿ ਰਹੇ ਹੋ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਗਲਤ ਬੋਲਿਆ, ਪਰ ਉਹਨਾਂ ਦੀ ਕੌਮ ਦੇ ਕਿੱਡੇ ਵਧੀਆ ਆਦਮੀ ਨੇ ਮੋਹਨ ਭਗਵਤ, ਅਤੇ ਦੂਸਰਾ ਜਿਹੜਾ ਕਹਿੰਦਾ 95% ਬਹੁ ਗਿਣਤੀ ਦੇ ਬੰਦੇ ਜੱਜ ਚਾਹੀਦੇ ਨੇ, ਅਫਸਰ ਚਾਹੀਦੇ ਨੇ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ। ਜਦ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਕਹਿ ਰਿਹਾ ਕਿ ਸਾਡਾ ਸਿੱਖ ਜੱਜ ਸੁਪਰੀਮ ਕੋਰਟ 'ਚ ਨਹੀਂ, ਤਾਂ ਉਸ ਵਕਤ ਸਾਡੇ ਸਿੱਖ ਉਹਨਾਂ 'ਤੇ ਹੱਸਦੇ ਨੇ, ਉਹ ਬੇਵਕੂਫੋ ਉਸ ਬੰਦੇ 'ਤੇ ਨਾ ਹੱਸੋ, ਆਪਦੀ ਤਕਦੀਰ 'ਤੇ ਹੱਸ ਰਹੇ ਜੇ, ਤੁਸੀਂ ਆਪਦਾ ਮਜ਼ਾਕ ਖੁਦ ਬਣਾ ਰਹੇ ਜੀ। ਸੋ ਜਦ ਤੀਕਰ ਤੁਸੀਂ ਆਪਦੇ ਇਹੋ ਜਿਹੇ ਬੰਦਿਆਂ ਦੇ ਨਾਲ, ਹਰ ਬੰਦੇ ਦੇ, ਇੱਕ ਬੰਦੇ ਦੇ ਸਾਰੇ ਸ਼ਬਦ ਸਹੀ ਨਹੀਂ ਹੋ ਸਕਦੇ, ਕਈ ਵਾਰ ਉਹ ਗਲਤ ਵੀ ਕਹਿ ਸਕਦਾ, ਪਰ ਕੁਛ ਜਿਹੜੇ ਸ਼ਬਦ ਨੇ, ਜਿਹੜੀ ਐਡੀ ਵੱਡੀ ਪ੍ਰਾਪਤੀ ਹੈ, ਸਰਦਾਰ ਕਪੂਰ ਸਿੰਘ ਤੋਂ ਬਾਅਦ ਪਾਰਲੀਮੈਂਟ 'ਚ ਬੋਲਣ ਵਾਲੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ, ਆਹ ਲਵੀ ਤਾਂ ਤੁਹਾਡਾ ਕੋਈ ਬੰਦਾ ਬੋਲਦਾ ਹੀ ਨਹੀਂ ਯਾਰ। ਜਿੱਦਾਂ ਖਹਿਰਾ ਸਾਹਿਬ ਤੁਸੀਂ ਗੱਲ ਕਹੀ ਹੈਗੀ ਹੈ ਵੀ ਮਾਨ ਸਾਹਿਬ ਦਾ ਜਿਹੜਾ ਬਿਆਨ ਆ
ਪੀ ਪਾਰਲੀਮੈਂਟ ਦੇ ਵਿੱਚ ਸਿੱਖ ਜੱਜ ਹੋਣੇ ਚਾਹੀਦੇ ਨੇ, ਬਿਲਕੁਲ ਠੀਕ ਹੈ, ਸਿੱਖ ਚਾਹੁੰਦੇ ਨੇ। ਪਰ ਜਿੱਦਾਂ ਇੱਕ ਅੰਮ੍ਰਿਤਸਰ ਤੋਂ ਐਕਟੀਵਿਸਟ ਆ ਮਨਦੀਪ ਸਿੰਘ ਮੰਨਾ, ਉਹ ਕਹਿੰਦੇ ਵੀ ਮਾਨ ਨੇ ਬਹੁਤ ਸਾਰੀ ਪੰਜਾਬ ਦੀ ਜਿਹੜੀ ਕਰੀਮ ਸੀ ਉਹਨੂੰ ਵਿਦੇਸ਼ਾਂ 'ਚ ਭੇਜ ਕੇ ਹੁਣ ਕਹਿ ਰਿਹਾ ਸਿੱਖਾਂ ਕੋਲ ਮੁੰਡੇ ਜੱਜ ਨਹੀਂ ਹੈਗੇ। ਨਹੀਂ ਦੇਖੋ, ਇਹ ਤਾਂ ਆਪਾਂ ਕਿਸੇ ਨੂੰ ਕਾਊਂਟਰ ਬਲਾਸਟ ਕਰਨ ਵਾਸਤੇ, ਕਿਸੇ ਨੂੰ ਡੀਫੇਮ ਕਰਨ ਵਾਸਤੇ ਆਪਾਂ ਗੱਲਾਂ ਕਰਦੇ ਹਾਂ। ਬਹੁਤ ਵਕੀਲ ਨੇ ਇੱਥੇ, ਜੇ ਮੇਰੇ ਦੇਖਣ 'ਚ ਕੋਈ 50,000 ਜਾਂ 20,000 ਜਾਂ 25,000 ਵਕੀਲ ਹੋਊਗਾ ਤਾਂ 15,000 ਵਕੀਲ ਤਾਂ ਸਾਡਾ ਹੀ ਬੈਠਾ ਇੱਥੇ। ਜੇ ਬਣਾਉਣੇ ਹੋਣ ਤਾਂ ਬਹੁਤ ਕੁਛ ਹੈ, ਉਹ ਵਾਪਸ ਵੀ ਇੱਥੇ ਆ ਜਾਣਗੇ। ਉਹ ਤਾਂ ਉਹਨਾਂ ਦਾ ਪੋਲੀਟੀਕਲ ਬੰਦਿਆਂ ਦਾ ਮੈਟਰ ਹੈ ਨਾ, ਮੈਂ ਇਹਨਾਂ ਨੂੰ ਚੰਗਾ ਨਹੀਂ ਸਮਝਦਾ। ਪਰ ਤੁਹਾਡੀ ਗੱਲ ਦਾ ਪਹਿਲਾਂ ਜਵਾਬ ਦੇਣਾ, ਜਿਹੜਾ ਤੁਸੀਂ GST ਬਾਰੇ ਗੱਲ ਕੀਤੀ। ਜੀ ਬਿਲਕੁਲ, GST ਲੱਗਣਾ, ਜਿਹੜਾ ਸੈਂਟਰ ਦਾ ਮਿਨਿਸਟਰ ਕਹਿ ਰਿਹਾ ਹੈ ਕਿ ਸਿੱਖੋ ਸਾਰਾ ਦੇਸ਼ ਹੀ ਤੁਹਾਡਾ, ਉਹਨੂੰ ਆਹ ਸਵਾਲ ਪੁੱਛਣ ਵਾਲਾ ਹੈ ਕਿ ਹੁਣ ਦੱਸ। ਸਹੀ, ਇਹਨਾਂ ਦੇ ਸੈਂਟਰ ਦੇ ਮਿਨਿਸਟਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ, ਗੁਰੂ ਤੇਗ ਬਹਾਦਰ ਮਹਾਰਾਜ ਨਾ ਹੁੰਦੇ ਤਾਂ ਸ਼ਾਇਦ ਹਿੰਦੂ ਧਰਮ ਦੁਨੀਆ 'ਤੇ ਨਾ ਆਉਂਦਾ। ਇਹ ਮੇਰੇ ਕਹਿਣ ਤੋਂ ਪਹਿਲਾਂ ਹਿੰਦੂ ਜਿਹੜੇ ਇਹਨਾਂ ਦੇ ਮਿਨਿਸਟਰ ਨੇ ਭਾਜਪਾ ਦੇ, ਉਹ ਕਹਿ ਰਹੇ। ਪਰ ਅੱਜ ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਜਿਹੜੇ ਧਰਮ ਨੇ ਇੰਨੀ ਮਦਦ ਕੀਤੀ ਹੋਵੇ, ਆਸਾਨ ਫਰਮੋਸ਼ ਲੋਕ ਹੋ, ਉਸੇ ਤੁਸੀਂ GST ਲਾਇਆ। ਪਰ ਮੈਨੂੰ ਲੱਗਦਾ ਇਹ ਹੈ ਕਿ ਇਹ ਇੱਕ ਗਰੁੱਪ ਨੂੰ ਕਾਮਯਾਬ ਕਰਨ ਲਈ ਕਰ ਰਹੇ ਨੇ। ਫਿਰ ਉਹ ਬਾਦਲੇ ਪਿੰਡ ਤੋਂ ਜਾਣਗੇ, ਫਿਰ ਉਹ ਖੌਤੀ ਅਕਾਲੀ ਦਲ ਜਾਵੇਗਾ ਦਿੱਲੀ, GST ਮਾਫ਼ ਕਰ ਦਿਓ, ਫਿਰ ਇਹ GST ਮਾਫ਼ ਕਰਨਗੇ, ਫਿਰ ਉਹ ਅਕਾਲੀ ਦਲ 'ਚ ਸਾਹ ਪਾਉਣਗੇ। ਉਹ ਸਾਹ ਹੁਣ ਪੈਣੇ ਨਹੀਂ, ਲੋਕਾਂ ਨੂੰ ਭੇਤ ਆ ਚੁੱਕਾ ਹੈ। ਯਾਰ ਅਸੀਂ ਲੋਕ ਕਿਉਂ ਮਿਹਨਤ ਕਰੀਏ ਇਹਨਾਂ ਦੀ ਕਿ GST ਮਾਫ਼ ਕਰ ਦਿਓ, ਲੈ ਲਓ। ਸਾਡੇ ਤੇ ਟੈਕਸ ਤਾਂ ਮੁਗਲਾਂ ਨੇ ਵੀ ਲਾਏ ਸੀ, ਅਫਗਾਨ ਤੋਂ ਵੀ ਲੱਗੇ ਰਹੇ, ਅੰਗਰੇਜ਼ਾਂ ਨੇ ਵੀ ਲਾਏ ਨੇ, ਹਰਿਮੰਦਰ ਸਾਹਿਬ 'ਤੇ ਤੁਸੀਂ ਵੀ ਹਮਲੇ ਕੀਤੇ ਨੇ, ਉਹਨਾਂ ਨੇ ਵੀ ਕੀਤੇ ਨੇ ਜੀ। ਸ਼ਾਇਦ ਸਾਡੇ ਸਿੱਖਾਂ ਨੂੰ ਅਕਲ ਆ ਜਾਵੇ ਜੇ ਇਹ ਟੈਕਸ ਲਾਉਣ ਤਾਂ ਸਾਨੂੰ ਛਿੱਤਰ ਮਾਰਨ ਡੇਲੀ, ਅਤੇ ਸ਼ਾਇਦ ਸਾਡੇ ਸਿੱਖਾਂ ਨੂੰ ਅਕਲ ਆ ਜਾਏ ਜਿਹੜੇ ਅੱਜ ਵੀ ਪੂਛ ਹਿਲਾਉਂਦੇ ਦਿੱਲੀ ਨੂੰ ਜਾਂਦੇ ਨੇ। ਪਤਾ ਲੱਗ ਜੇ ਹੁਣ ਤੁਹਾਨੂੰ ਅੱਜ ਦਿਨ ਚੜ੍ਹਦਿਆਂ ਨੂੰ ਤੁਹਾਨੂੰ ਛਿੱਤਰ ਤੁਹਾਡੇ ਸਿਰ 'ਚ ਮਾਰੇ, ਤੁਸੀਂ ਲੈ ਕੇ ਤੁਰ ਪੈਂਦੇ ਜੀ ਉਸੇ ਵੇਲੇ ਕਿ ਸਾਡਾ ਦੇਸ਼ ਹੈ ਤਾਂ ਆਹ ਤੁਹਾਡਾ ਦੇਸ਼। ਜਿਸ ਗੁਰੂ ਘਰ ਦੇ ਵਿੱਚੋਂ ਤੁਹਾਡੇ ਹਰ ਬੰਦੇ ਨੇ ਲੰਗਰ ਛਕਿਆ ਹੋਵੇ ਜੀ, ਜਿਹੜੇ ਗੁਰੂ ਘਰ 'ਚੋਂ ਕੁਰਬਾਨੀਆਂ ਦੀਆਂ ਲੈਣਾ ਲੱਗੀਆਂ ਤਾਂ ਤੁਹਾਨੂੰ ਬਚਾਇਆ ਹੋਵੇ, ਯਾਰ ਤੁਸੀਂ ਉਸੇ 'ਤੇ GST ਲਾਤਾ ਯਾਰ ਜੀ। ਮੈਂ ਕਹੂੰਗਾ ਸਰ, ਆਪਾਂ ਕਹਿ ਦਿੰਦੇ ਇਹਨਾਂ ਨੂੰ, ਉਹ ਲੋਕ ਨੇ ਆਸਾਨ ਫਰਮੋਸ਼ ਲੋਕ ਨੇ ਇਹ। ਔਰ ਉਹ ਵੀ ਦਿਨ ਉਹ ਚੁਣੇ ਗਏ ਨੇ ਜਦੋਂ ਉਹਨਾਂ ਨੇ ਗਿੱਧਾ ਭੰਗੜਾ ਪਾ ਕੇ ਆਜ਼ਾਦੀ ਮਨਾਉਣੀ ਹੈ, ਔਰ ਸਿੱਖਾਂ ਨੇ ਆਪਣੇ ਪੁਰਖਿਆਂ ਨੂੰ ਜਿਹੜੇ ਉਜੜ ਕੇ ਆਏ, ਉਦੋਂ ਵੀ ਤਾਂ ਪਹਿਲਾ ਕੈਂਪ ਜਿਹੜਾ ਦਰਬਾਰ ਹਰਿਮੰਦਰ ਸਾਹਿਬ ਲੱਗਿਆ ਸੀ ਨਾ। ਮੈਂ ਕਹਿੰਦਾ ਜੀ, ਮੈਂ ਇੱਕ ਵਾਰੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਜਥੇਦਾਰ ਸਾਹਿਬ ਤੁਸੀਂ ਮੇਰੀ ਬੇਨਤੀ ਮੰਨੋ, 13 ਤੋਂ ਲੈ ਕੇ 15 ਤਿਕਰ ਜਾਂ 12 ਤੋਂ 14 ਤੁਸੀਂ ਅਕਾਲ ਤਖਤ ਸਾਹਿਬ 'ਤੇ ਪਾਠ ਕਰਾਓ, ਜਿਹਦੇ ਵਿੱਚ ਮੇਰੀ ਬੇਨਤੀ ਇਹ ਸੀ, ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਹੈ, ਉਹ ਸਾਂਝਾ ਪਾਠ ਹੋਵੇ, ਸਾਡਾ ਪੰਜਾਬ ਇੱਕ ਹੋਵੇ, ਤੁਹਾਡਾ ਅਰਦਾਸ ਇਹ ਹੋਵੇ ਕਿ ਇਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲੇ, ਜਿਹੜਾ 15 ਲੱਖ ਬੰਦਾ ਮਰਿਆ ਹੈ, ਸਾਡਾ ਪੰਜਾਬ ਉਜੜਿਆ ਹੈ। ਪਰ ਜਥੇਦਾਰ ਸਾਹਿਬ ਨੇ ਕੋਈ ਮੈਨੂੰ ਕਹਿੰਦੇ ਕੋਈ ਨਹੀਂ, ਆਪਾਂ ਫਿਰ ਦੇਖਦੇ ਹਾਂ, ਕਿੰਨੇ ਬੁਲਾਉਣਾ ਹੈ ਗੱਲ ਤਾਂ ਜਾਂ ਖੌਤੀ ਅਕਾਲੀ ਦਲ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਉਹ ਡਰ ਜਾ ਵੀ ਜੇ ਕਿਤੇ ਅਸੀਂ ਇਹਨੂੰ ਜਿੱਦਾਂ ਇੱਕ ਦੁਖਦਾਈ ਜਾਂ ਇੱਕ ਸੋਗ ਵਜੋਂ ਮਨਾਉਣ ਲੱਗ ਪਏ ਵੀ ਜਿਹਨਾਂ ਦੀਆਂ ਜਾਨਾਂ ਗਈਆਂ, ਜਿਹਨਾਂ ਦੀਆਂ ਪੱਤਾਂ ਰੋਲੀਆਂ ਗਈਆਂ, ਜਿਹਨਾਂ ਦੀਆਂ ਇੱਜ਼ਤਾਂ ਗਈਆਂ, ਅਸੀਂ ਉਹਨਾਂ ਨੂੰ ਯਾਦ ਕਰਨ ਲੱਗ ਪਏ, ਤਾਂ ਫਿਰ ਜਿਹੜੇ ਗਿੱਧੇ ਭੰਗੜੇ ਪੈਂਦੇ, ਕਿਉਂਕਿ ਇਹਨਾਂ ਦੀ ਪਾਰਟੀ ਦੇ ਲੋਕਾਂ ਨੇ ਉੱਥੇ ਜਾ ਕੇ ਝੰਡਿਆਂ ਨੂੰ ਸਲੂਟ ਵੀ ਤਾਂ ਮਾਰਨੇ ਆ ਨਾ। ਜਦੋਂ ਕਿਸੇ ਕੌਮ ਦੀ ਜ਼ਮੀਰ ਮਰ ਜੇ ਨਾ, ਇਸੇ ਤਰ੍ਹਾਂ ਹੀ ਹੁੰਦੇ। ਸਾਡੇ ਜੋ ਬਹੁਤ ਥੋੜ੍ਹੇ ਲੋਕ ਰਹਿ ਗਏ ਨੇ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ, ਬਾਕੀ ਦਾ ਸਾਡਿਆਂ ਦਾ ਬੇੜਾ ਹੀ ਬਹਿ ਚੁੱਕਾ। ਕਿਉਂ ਨਹੀਂ ਸੋਚਦੇ ਤੁਸੀਂ ਪੰਜਾਬ ਬਾਰੇ? ਪੰਜਾਬ ਤੁਹਾਡਾ ਵੰਡਿਆ ਗਿਆ ਹੈ, ਪੰਜਾਬ ਤੁਹਾਡੇ ਦੇ ਪੱਲੇ ਕੱਖ ਨਹੀਂ ਰਹਿ ਗਿਆ। ਸਨ 84 ਨੇ ਤੁਹਾਨੂੰ ਦੱਸ ਦਿੱਤਾ ਤੁਸੀਂ ਸਿੱਖੋ, ਤੁਹਾਡੀ ਕੀ ਔਕਾਤ ਹੈ। ਸਨ 47 ਨੇ ਤੁਹਾਨੂੰ ਦੱਸ ਦਿੱਤਾ ਕਿ ਸੈਂਟਰ 'ਚੋਂ ਤੁਹਾਡੀ ਕੋਈ ਬੁਕਤ ਨਹੀਂ, ਤਾਂ ਤੁਸੀਂ ਕਾਹਦੀਆਂ ਖੁਸ਼ੀਆਂ ਮਨਾਉਣੇ ਹੋ ਯਾਰ? ਕੀ ਇਹ ਚੰਗੇ ਲੱਗਦੇ ਅਸੀਂ ਪੱਗਾਂ ਵਾਲੇ ਆਰਕੈਸਟਰਾ ਸਾਹਮਣੇ ਜਾ ਕੇ ਨੱਚਦੇ ਯਾਰ, ਲੋਕਾਂ ਦੇ ਸਾਹਮਣੇ ਜਾ ਕੇ? ਵੈਸੇ ਵੀ ਨਹੀਂ ਅਸੀਂ ਚੰਗੇ ਲੱਗਦੇ ਨੱਚਦੇ ਗਿੱਧੇ ਭੰਗੜੇ ਪਾਉਂਦੇ ਜੀ। ਸਾਡੇ ਤਾਂ ਵੈਸੇ ਹੀ ਅਫਸੋਸ ਦਾ ਡੇ ਹੈ ਪੰਜਾਬ ਦੇ ਅੰਦਰ। ਸਾਡੀ ਸਭ ਤੋਂ ਵੱਧ ਲੁੱਟ ਜਿਹੜੀ ਬੰਗਾਲ ਅਤੇ ਪੰਜਾਬ ਦੀ ਹੋਈ ਹੈ। ਮੁਸਲਮਾਨਾਂ ਨੂੰ, ਪਾਕਿਸਤਾਨ ਨੂੰ ਵੀ ਇਹ ਦਿਨ ਖੁਸ਼ੀ ਨਾਲ ਨਹੀਂ ਮਨਾਉਣਾ ਚਾਹੀਦਾ, ਨਾ ਬੰਗਾਲ 'ਚ ਮਨਾਉਣਾ ਚਾਹੀਦਾ। 15 ਲੱਖ ਬੰਦਾ ਮਰ ਜਾਣਾ, 20 ਲੱਖ ਬੰਦਾ ਮਰ ਜਾਣਾ, 80,000 ਜਨਾਨੀ ਦੀ ਇੱਜ਼ਤ ਰੁੱਟੀ ਜਾਣੀ, ਕੁਝ ਤੁਕ ਦੇਖੋ, ਕੁਛ ਕੁੜੀਆਂ ਉੱਧਰ ਰਹਿ ਗਈਆਂ, ਕੁਛ ਇੱਧਰ ਰਹਿ ਗਈਆਂ, ਉਹਨਾਂ ਨੇ ਕਿਵੇਂ ਦਿਨ ਕੱਟੇ ਹੋਣਗੇ ਯਾਰ। ਸਹੀ, ਅੱਜ ਵੀ ਵੇਖਦੇ ਹਾਂ ਕਿ 75 ਸਾਲ ਦੇ ਬਾਅਦ ਦੋ ਭਰਾ ਮਿਲਦੇ ਪਏ ਨੇ, ਕਿਸੇ ਭੈਣ ਭਰਾ ਮਿਲਦੇ ਪਏ ਨੇ। ਦੇਖੋ, ਚਾਹੇ ਮੁਸਲਮਾਨ ਦੀ ਬੇਟੀ ਹੈ, ਚਾਹੇ ਕੁੜੀ ਉਹ ਹਿੰਦੂ ਦੀ, ਚਾਹੇ ਸਿੱਖ ਦੀ ਹੈ, ਕਿਸੇ ਦਾ ਜੀ ਕਰਦਾ ਮੈਂ ਦੂਜੇ ਧਰਮ ਜਾ ਕੇ ਰਹਿ ਪਾਈ ਯਾਰ। ਸਹੀ, ਉਹ ਕੁੜੀ ਕਿੰਨਾ ਰੋਂਦੀ ਹੋਵੇਗੀ, ਕਿੰਨਾ ਕੁਛ ਚੀਕਦੀ ਹੋਵੇ ਕਿ ਮੇਰਾ ਪਰਿਵਾਰ ਉੱਥੇ ਹੈ। ਪਰ ਸਾਨੂੰ ਤਾਂ ਨੱਚਣ ਤੋਂ ਬਿਨਾਂ ਵਿਹਲ ਹੀ ਨਹੀਂ। ਸਾਨੂੰ ਸਭ ਤੋਂ ਇੱਜ਼ਤ ਵਾਲੀ ਪੱਗ ਹੁੰਦੀ, ਸਭ ਤੋਂ ਵੱਧ ਬਸ਼ਰਮ ਅਸੀਂ ਲੋਕ ਹੋਏ ਹਾਂ ਇਸ ਵਕਤ। ਦੂਜਿਆਂ ਬਾਰੇ ਕੀ ਕਹਿਣਾ ਅਸੀਂ?
ਅਸੀਂ ਆਪ ਹੀ ਮਾੜੇ। ਸਾਨੂੰ ਬਿਲਕੁਲ ਦਲ ਖਾਲਸਾ ਦੀ ਗੱਲ ਸਹੀ ਹੈ, ਸਾਨੂੰ ਉਹ ਝੰਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਉਣੇ ਚਾਹੀਦੇ ਨੇ, ਜਿਹੜੇ ਸਾਡੇ ਛੇਵੇਂ ਪਾਤਸ਼ਾਹ ਨੇ ਦਿੱਤੇ ਨੇ, ਜਿਹੜੇ ਸਾਨੂੰ ਦੱਸਦੇ ਨੇ ਕਿ ਸਾਡੇ ਨਾਲ ਇੰਨਾ ਤਸ਼ੱਦਦ ਹੋਇਆ। ਸੋ ਮੇਰੇ ਦੇਖਣ ਦੇ ਵਿੱਚ ਸਾਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ। ਪੱਤ ਲੁੱਟਣ ਦੇ ਹਾਦਸੇ ਮੈਂ ਕਿੱਥੇ ਲਵਾਂ ਲਕੋ, ਕਵੀ ਨੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ। 15 ਅਗਸਤ ਆ ਰਿਹਾ, ਉਹ 15 ਅਗਸਤ ਜਿੰਨਾ 13, 14, 15, 16, 17 ਇਹਨਾਂ ਰਾਤਾਂ ਦੇ ਵਿੱਚ ਬਹੁਤ ਵੱਡੀ ਕਤਲੋਗਾਰਤ ਜਿਹੜੀ ਹੈ ਉਹ ਇਸ ਧਰਤੀ ਦੇ ਉੱਤੇ ਮੱਚੀ। ਬਹੁਤ ਸਾਰੇ ਲੋਕ ਬੇਘਰ ਹੋ ਗਏ, ਬਹੁਤ ਸਾਰੀਆਂ ਭੈਣਾਂ ਜਿਹੜਾ ਉਹਨਾਂ ਨੇ ਆਪਣੇ ਵੀਰ ਗਵਾਏ, ਬਹੁਤ ਸਾਰੀਆਂ ਸੁਹਾਗਣਾਂ ਦੇ ਸੁਹਾਗ ਉੱਜੜ ਗਏ। 47 ਤੋਂ ਲੈ ਕੇ ਅੰਦਾਜ਼ਨ 84 ਤੱਕ ਜਿਹੜਾ ਹੈਗਾ, 47 ਦੀ ਇਸ ਵੰਡ ਨੂੰ ਰੌਲਾ ਉਜਾੜਾ ਵੰਡ ਹੀ ਕਿਹਾ ਜਾਂਦਾ ਰਿਹਾ। ਪਰ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਜਾਂ ਉਸ ਤੋਂ ਬਾਅਦ ਇੱਕ ਦਹਾਕਾ ਪੰਜਾਬ ਦੀ ਧਰਤੀ 'ਤੇ ਚੱਲੇ ਸਿੱਖ ਸੰਘਰਸ਼ ਖੜਕੂਬੰਦ ਹਥਿਆਰਬੰਦ ਲਹਿਰ ਤੋਂ ਬਾਅਦ ਇਸ ਵੰਡ ਜਿਹੜਾ ਹੈਗਾ ਨੂੰ, 47 ਦੀ ਵੰਡ ਨੂੰ, 47 ਦੇ ਰੌਲੇ ਨੂੰ, ਉਜਾੜੇ ਨੂੰ ਆਜ਼ਾਦੀ ਕਹਿਣਾ ਸ਼ੁਰੂ ਕਰ ਦਿੱਤਾ। ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾਂਦਾ ਇਸ 47 ਦੀ ਵੰਡ ਨੂੰ, ਆਜ਼ਾਦੀ ਦਿਵਸ ਨੂੰ ਇਸ ਵਾਰ ਅੰਮ੍ਰਿਤ ਮਹਾਉਤਸਵ ਕਿਹਾ ਜਾ ਰਿਹਾ ਹੈ। ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਦਾਦੇ, ਜਿਨ੍ਹਾਂ ਦੇ ਨਾਨੇ, ਜਿਨ੍ਹਾਂ ਦੇ ਪੜਦਾਦੇ, ਜਿਨ੍ਹਾਂ ਦੀਆਂ ਚਾਚੀਆਂ ਤਾਈਆਂ ਦਾਦੀਆਂ, ਉਹ ਇਸ ਸਮੇਂ ਦੇ ਵਿੱਚ ਇਸ ਵੰਡ ਦੇ ਵਿੱਚ ਰੰਡੀਆਂ ਹੋ ਗਈਆਂ, ਉਹ ਵਿਧਵਾ ਹੋ ਗਈਆਂ, ਉਹ ਬੱਚੇ ਜਿਹੜੇ ਯਤੀਮ ਹੋ ਗਏ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਅੱਜ ਢੋਲਾਂ ਦੇ ਡੱਗਿਆਂ ਦੇ ਉੱਤੇ ਨੱਚਣਗੇ। ਕੈਸਾ ਇਹ ਸਮਾਂ, ਬਹੁਤ ਸਾਰੇ ਸਵਾਲ ਵੀ ਖੜ੍ਹੇ ਹੋ ਜਾਂਦੇ ਆ। ਪਰ ਦਲ ਖਾਲਸਾ ਨੇ ਭਾਰਤ ਸਰਕਾਰ ਦੇ ਉਸ ਆਜ਼ਾਦੀ ਮਹਾਉਤਸਵ ਨੂੰ ਜਿਹੜਾ ਹੈਗਾ ਕਿਹਾ ਵੀ ਅਸੀਂ ਆਪਣੇ ਪੰਥ ਦੇ ਨਿਸ਼ਾਨ ਚਲਾਵਾਂਗੇ। ਤਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਦਲ ਖਾਲਸਾ ਦੀ ਗੱਲ ਦੇ ਉੱਤੇ ਕਿੰਨਾ ਪਹਿਰਾ ਦਿੰਦੇ ਨੇ, ਔਰ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਦੇ ਉੱਤੇ ਕਿੰਨਾ ਪਹਿਰਾ ਦਿੰਦੇ ਨੇ। ਹੋਰ ਤੁਸੀਂ ਖਹਿਰਾ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ? ਦੇਖੋ ਬਾਕੀ ਮੈਂ ਇੱਕ ਗੱਲ, ਮੈਨੂੰ ਇੱਕ ਬੜੀ ਹਫ਼ਤਾ 2 ਹਫ਼ਤੇ ਹੋ ਗਏ ਜਿਹੜੇ ਪੰਜਾਬ ਦੇ ਲੋਕ ਇੱਕ ਬਿਨਾਂ ਗੱਲ ਤੋਂ, ਚਾਹੇ ਕੋਈ ਪੋਲੀਟੀਸ਼ੀਅਨ ਨੇ, ਅਕਾਲੀ ਨੇ, ਕਾਂਗਰਸੀ ਨੇ, ਕੋਈ ਵੀ ਨੇ, ਕਿ ਇੱਕ ਡਾਕਟਰ ਦੇ ਫੇਵਰ 'ਚ ਜਾ ਰਹੇ ਨੇ। ਮੈਂ ਕੋਈ ਡਾਕਟਰ ਦੇ ਅਗੇਂਸਟ ਨਹੀਂ, ਮੈਂ ਉਹਦੀ ਫੇਵਰ ਦੇ ਵਿੱਚ ਨਹੀਂ। ਮੈਂ ਪਿਛਲੇ ਹਫ਼ਤੇ ਦੀ ਗੱਲ ਹੈ ਕਿ ਬਠਿੰਡੇ ਹੌਸਪੀਟਲ ਦੇ ਵਿੱਚ ਬੈਠਾ ਸੀ ਜੀ, ਮੈਂ ਮੇਰਾ ਬੇਟਾ ਦੋਨੇ ਅਸੀਂ ਬੈਠੇ ਸੀ, ਤਾਂ ਉੱਥੇ ਕੀ ਹੋਇਆ ਕਿ ਕੋਟਕਪੂਰੇ ਤੋਂ ਸਧਾਰਨ ਘਰ ਦਾ ਜ਼ਿਮੀਂਦਾਰਾਂ ਦਾ ਮੁੰਡਾ ਆਇਆ, ਉਹਦਾ ਫਾਦਰ ਸੀ ਜਾਂ ਕੋਈ ਚਾਚਾ ਮੈਨੂੰ ਪਤਾ ਨਹੀਂ। ਤਾਂ ਉਹ ਮੈਂ ਉਹਦੇ ਕੋਲੋਂ ਗੱਲ ਸੁਣੀ ਤਾਂ ਬੜਾ ਇਮੋਸ਼ਨਲ ਸੀ ਉਸ ਵਕਤ। ਕਹਿੰਦਾ ਮੈਨੂੰ ਫਰੀਦਕੋਟ ਦੇ ਵਿੱਚੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ, ਅਤੇ ਮੈਂ ਕਿਹਾ ਇੱਥੇ ਤੂੰ ਇਮੋਸ਼ਨਲ ਕਿਉਂ ਹੈ? ਕਹਿੰਦਾ ਸਾਡੇ ਕੋਲ 2 ਝੋਟੀਆਂ ਸੀ ਅਤੇ 1 ਮੋਟਰਸਾਈਕਲ ਸੀ, ਉਹ ਵੇਚ ਕੇ ਅੱਜ ਅਸੀਂ ਇਸ ਡਾਕਟਰ ਕੋਲ ਆਏ ਹਾਂ, ਇੱਥੇ ਵੀ ਸਾਡਾ ਖਰਚਾ ਪੂਰਾ ਨਹੀਂ ਹੋਣਾ। ਅਤੇ ਦੱਸੋ, ਮੇਰੀ ਗੱਲ ਸੁਣ ਲਓ, ਇੱਥੇ ਦੇਖੋ ਜੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਅੱਖ 'ਚ ਬੋਲਿਆ ਅਤੇ ਇੱਥੇ ਮੈਂ ਆਮ ਆਦਮੀ ਪਾਰਟੀ ਨੂੰ ਇਸ ਟੌਪਿਕ ਨੂੰ ਚੰਗਾ ਕਹੂੰਗਾ ਜੀ। ਕਾਰਨ ਕੀ ਆ? ਮੇਰਾ ਕਿਸੇ ਪਾਰਟੀ ਨਾਲ ਕੋਈ ਲਿੰਕ ਨਹੀਂ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ, ਸਵਾਦ ਤਾਂ ਆਉਂਦਾ। ਅਸੀਂ ਵਨ ਸਾਈਡਡ ਲੋਕ, ਜਿੱਧਰੋਂ ਕਹਿੰਦਾ ਇੱਕ ਬੰਨੇ ਸਲਾਹੀ ਜਾਣਾ। ਮੈਨੂੰ ਉਹ ਮਿਨਿਸਟਰ ਚੰਗਾ ਲੱਗਿਆ। ਯਾਰ ਗੱਲ ਸੁਣੋ, ਸਿਵਲ ਹੌਸਪੀਟਲ ਦੇ ਵਿੱਚ ਇੰਨਾ ਬੁਰਾ ਹਾਲ ਹੈ ਜਿਵੇਂ ਕੋਈ ਜਾਨਵਰ ਮਰਿਆ ਹੁੰਦਾ, ਇੰਨਾ ਮੁਸ਼ਕ ਆਉਂਦਾ ਉੱਥੋਂ ਯਾਰ। ਕੋਈ ਉੱਥੇ ਟ੍ਰੀਟਮੈਂਟ ਨਹੀਂ, ਉਹ ਬੰਦਾ 2 ਝੋਟੀਆਂ ਵੇਚ ਕੇ ਅਤੇ 1 ਮੋਟਰਸਾਈਕਲ ਵੇਚ ਕੇ ਇਲਾਜ ਕਰਾਉਣ ਜਾ ਰਿਹਾ। ਤੁਹਾਡੇ ਡਾਕਟਰ ਕੀ ਕਰਦੇ ਨੇ? ਕੀ ਸਿਵਲ ਹੌਸਪੀਟਲਾਂ 'ਚ 75 ਸਾਲ ਦੇ ਅੰਦਰ ਆਹੀ ਤੁਸੀਂ ਅੱਜ ਕੱਲ੍ਹ ਟ੍ਰੀਟਮੈਂਟ ਕੀਤਾ? ਇੱਕ ਪ੍ਰਾਈਵੇਟ ਡਾਕਟਰ 1 ਸਾਲ 'ਚ ਹੌਸਪੀਟਲ ਖੋਲ੍ਹ ਕੇ ਅੱਗੇ ਲੰਘ ਜਾਂਦਾ, ਅਤੇ 75 ਸਾਲ ਦੇ ਅੰਦਰ ਸਰਕਾਰ ਦੀ ਹੈਲਪ ਨਾਲ ਇਹਨਾਂ ਡਾਕਟਰਾਂ ਨੇ ਕੀ ਕੀਤਾ? ਉਹ ਸਾਡਾ ਖਿੱਤੇ 'ਚੋਂ ਬੰਦਾ ਹੈ, ਸਾਡੇ ਇਲਾਕੇ ਦਾ ਬੰਦਾ, ਉਹ ਗਰੀਬ ਆਦਮੀ ਹੈ, ਉਹ ਆਪਦੀਆਂ ਪਰਿਵਾਰ ਦਾ ਸਾਰੇ ਸਾਧਨ ਵੇਚ ਕੇ ਉਹ ਪਿਓ ਦਾ ਟ੍ਰੀਟਮੈਂਟ ਕਰਾਉਂਦਾ, ਉਦੋਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਗੱਲ ਕਰਨ ਲੱਗਿਆ? ਸੋ ਮੇਰੇ ਦੇਖਣ ਦੇ ਵਿੱਚ ਮੈਂ ਕਹੂੰਗਾ, ਕੋਈ ਵੀ ਡਾਕਟਰ ਹੈ ਉਹਨੂੰ ਜਿੱਥੋਂ ਪੇਸ਼ੈਂਟ ਪਾਣੀ ਪੀਂਦਾ ਉੱਥੋਂ ਹੀ ਪਾਣੀ ਉਹ ਪੀਵੇ, ਪਤਾ ਲੱਗੇ ਉਹਨੂੰ। ਜਿਹੜੇ ਬੈੱਡ 'ਤੇ, ਬੈੱਡ ਠੀਕ ਆ, ਬੈੱਡ 'ਤੇ ਤੇਰੇ ਗੰਦ ਵੱਜਿਆ ਪਿਆ ਯਾਰ, ਇਹ 'ਚ ਕੀ ਚੰਗੀ ਗੱਲ ਆ, ਕੀ ਮਾੜੀ ਗੱਲ ਕਰਤੀ ਉਹਨੇ ਯਾਰ ਉਸ ਮਿਨਿਸਟਰ ਨੇ? ਸੋ ਮੇਰੇ ਦੇਖਣ ਦੇ ਵਿੱਚ ਤੁਸੀਂ ਉਸ ਬੰਦੇ ਦੀ ਸਟੇਟਮੈਂਟ ਰਿਕਾਰਡ ਕਰੋ ਜਾ ਕੇ ਜੀ, ਜਿਹੜੇ ਬੰਦੇ ਉੱਥੋਂ ਆਏ ਨੇ ਜੀ। ਇੱਕ ਮੇਰਾ ਬਹਾਦਰ ਸੀ, 4-5 ਸਾਲ ਪਹਿਲੇ ਉਹਦੀ ਇੱਕ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ, ਅਤੇ ਇੱਕ ਸਿਵਲ ਹੌਸਪੀਟਲ ਦੇ ਵਿੱਚੋਂ ਇੱਕ ਡਾਕਟਰ ਨੇ ਉਸ ਮੇਰੇ ਬਹਾਦਰ ਦੇ ਅੱਗੇ ਭਾਣਜੇ ਨੂੰ ਪ੍ਰਾਈਵੇਟ ਹੌਸਪੀਟਲ 'ਚ ਰੈਫਰ ਕੀਤਾ ਸੀ ਉਸ ਬੰਦੇ ਨੇ। ਉਦੋਂ ਲਾ ਸਹੀ ਸੀ, ਉਦੋਂ ਤੁਹਾਨੂੰ ਸਹੀ ਲੱਗਿਆ ਸੀ ਉਹ ਕਿ ਉਹ ਸਹੀ ਬੰਦੇ ਨੇ? ਉਹ ਸਹੀ ਕੀਤਾ ਸੀ, ਬਾਹਰੋਂ 1.5 ਤੋਂ 2 ਲੱਖ ਦਾ ਟ੍ਰੀਟਮੈਂਟ ਕਰਕੇ ਦਿੱਤਾ ਹੁੰਦਾ। ਕਿੰਨੀ ਪਰਸੈਂਟੇਜ ਗਈ ਉਹ ਤੁਹਾਨੂੰ ਯਾਦ ਨਹੀਂ ਆਉਂਦੀ? ਪੰਜਾਬ ਦੇ ਲੋਕ ਉਜਾੜਤੇ, ਪੰਜਾਬ ਦੇ ਲੋਕਾਂ ਨੂੰ ਇਹ ਪ੍ਰਾਈਵੇਟ ਹੌਸਪੀਟਲ ਵਾਲੇ ਖਾ ਗਏ, ਉਹ ਤੁਹਾਨੂੰ ਬੁਰਾ ਨਹੀਂ ਲੱਗਿਆ? ਤਾਂ ਮਿਨਿਸਟਰ ਨੂੰ ਜਾ ਕੇ ਰੋਣਾ ਉੱਥੇ ਆਇਆ। ਇਹ ਹੈ ਸਾਡੇ ਪੰਜਾਬ ਦੇ ਅੰਦਰ ਗੰਦ ਜੀ। ਮੈਂ ਕਹੂੰਗਾ ਜੇ
ਇਸ ਮਿਨਿਸਟਰ ਨੇ ਚੰਗਾ ਕੀਤਾ ਮੈਂ ਸਲਾਹੂੰਗਾ। ਸਰਕਾਰੀ ਹਸਪੀਟਲਾਂ 'ਚ ਬਹੁਤ ਬੁਰਾ ਹਾਲ ਹੈ, ਬੇੜਾ ਗਰਕ ਕੀਤਾ। 75 ਸਾਲ ਦੇ ਅੰਦਰ ਇੰਨਾ ਪੈਸਾ ਆਇਆ ਉਹ ਗਿਆ ਕਿੱਥੇ? ਪ੍ਰਾਈਵੇਟ ਹਸਪੀਟਲ 6 ਮਹੀਨਿਆਂ 'ਚ ਅੱਗੇ ਚਲੇ ਜਾਂਦਾ ਯਾਰ, ਇਹ 75 ਸਾਲ 'ਚ ਵਾਪਸ ਜਾਂਦਾ, ਇਹਦਾ ਕੋਈ ਹਿਸਾਬ ਨਹੀਂ ਜੀ। ਪੰਜਾਬ ਸਾਡਾ ਹੈ, ਲੋਕ ਸਾਡੇ ਨੇ, ਭਾਈਚਾਰਾ ਸਾਡਾ ਹੈ, ਪੇਂਡੂ ਸਾਡੇ ਬੰਦੇ ਨੇ ਜਿਹਨਾਂ ਨੂੰ ਲੁੱਟ ਲੁੱਟ ਕੇ ਖਾ ਗਏ ਜੇ ਤੁਸੀਂ। ਸੋ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਬਹੁਤ ਵਧੀਆ ਬੋਲਿਆ ਅਤੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਮਿਨਿਸਟਰ ਨੇ ਬਹੁਤ ਸੋਹਣਾ ਕੀਤਾ ਜੀ। ਮੈਂ ਜਿਹੜਾ ਬੰਦਾ ਚੰਗਾ ਕਰੇਗਾ ਉਹਨੂੰ ਚੰਗਾ ਕਹਿਣਾ ਚਾਹੀਦਾ, ਬਿਨਾਂ ਗੱਲ ਤੋਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਵੋ ਉਹ ਨਹੀਂ। ਪਰ ਜਿਹੜੇ ਪੋਲੀਟੀਸ਼ੀਅਨ ਇਸ ਟਾਈਮ 'ਤੇ ਜਾਣ ਬੁੱਝ ਕੇ ਉਹ ਪਖੰਡ ਕਰਦੇ ਨੇ, ਇਹੋ ਜਿਹਾ ਨੂੰ ਛਿੱਤਰ ਮਾਰਨੇ ਚਾਹੀਦੇ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਤੁਸੀਂ ਸਮਾਂ ਕੱਢਿਆ। ਦੇਖਦੇ ਰਹੋ ਪੰਜਾਬ KTV, ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।